ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਭ ਦਾ ਸਵਾਗਤ। ਮੈਂ ਸੰਦੀਪ ਲਾਦੂਕਾ ਅਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ। ਤਿੰਨ ਪੰਜਾਬ ਦੇ ਅਹਿਮ ਮਸਲੇ ਨੇ, ਅਸੀਂ ਇਹਨਾਂ 'ਤੇ ਇੱਕ ਇੱਕ ਕਰਕੇ ਚਰਚਾ ਕਰਾਂਗੇ। ਇੱਕ ਮਸਲਾ ਪੰਜਾਬ ਦਾ ਅਹਿਮ ਇਹ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਜਲੰਧਰ ਲੋਕ ਸਭਾ ਹਲਕੇ ਦੀ ਕਾਫੀ ਚਰਚਾ ਹੈ। ਚਰਨਜੀਤ ਸਿੰਘ ਚੰਨੀ ਦਾ ਉੱਥੇ ਉਸ ਹਲਕੇ 'ਚ ਕਿਰਾਏ 'ਤੇ ਘਰ ਲੈਣਾ ਅਤੇ ਦੂਜੇ ਪਾਸੇ ਚੌਧਰੀ ਪਰਿਵਾਰ ਦਾ ਰੁੱਸ ਜਾਣਾ, ਨਾਰਾਜ਼ ਹੋ ਜਾਣਾ, ਚੀਫ ਵਿਪ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ, ਇਹ ਗੱਲ ਦਾ ਇਸ਼ਾਰਾ ਕੀ? ਇਸ 'ਤੇ ਗੱਲ ਕਰਾਂਗੇ। ਨਾਲ ਦੂਜੇ ਨੰਬਰ ਦੇ ਉੱਤੇ ਗੱਲ ਹੋਣੀ ਹੈ ਇੱਕ ਹੋਰ ਅਹਿਮ ਮੁੱਦੇ ਦੀ, ਜਿਹੜਾ ਕਿ ਸਿਨੇਮੇ ਦੇ ਵਿੱਚ ਪੰਜਾਬ ਸਰਕਾਰ ਦੀਆਂ ਮਸ਼ਹੂਰੀਆਂ ਚੱਲ ਰਹੀਆਂ ਸੀ ਅਤੇ ਉਸ ਦੇ ਲਈ ਇੱਕ ਪਰਚਾ ਦਰਜ ਹੋਇਆ। ਪਰਚਾ ਕਿਸ 'ਤੇ ਦਰਜ ਹੋਇਆ ਅਤੇ ਕੌਣ ਬਚਿਆ, ਇਸ 'ਤੇ ਗੱਲ ਕਰਾਂਗੇ। ਔਰ ਤੀਜੇ ਨੰਬਰ 'ਤੇ ਜਥੇਦਾਰ ਕੌਂਕੇ, ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਕਾਰਜਕਾਰੀ ਜਥੇਦਾਰ ਨੇ, ਔਰ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਪੁਲਿਸ ਦਾ ਤਸ਼ੱਦਦ ਸਹਿਣਾ ਪਿਆ, ਪਰਿਵਾਰ ਨੇ ਇੰਨੇ ਸਾਲ ਬਾਅਦ ਫਿਰ ਜਿਹੜੇ ਕਿ ਸ਼ਿਕਾਇਤ ਵੀ ਦਿੱਤੀ ਪਰ ਹਾਲੇ ਤੱਕ ਜਗਰਾਓਂ ਥਾਣਾ ਨੇ ਪਰਿਵਾਰ ਦੇ ਬਿਆਨ ਜਾਂ ਉਹਨਾਂ ਗਵਾਹਾਂ ਦੇ ਬਿਆਨ ਇੱਕ ਵਾਰੀ ਵੀ ਉਹਨਾਂ ਨੂੰ ਤਲਬ ਨਹੀਂ ਕੀਤਾ, ਜਿਹੜੇ ਆ ਦਰਜ ਨਹੀਂ ਕੀਤੇ। ਇਹ ਗੱਲ ਕੀ ਹੈ ਕਿ ਹੁਣ ਵੀ ਸਰਕਾਰ ਪਾਸਾ ਵੱਟਦੀ ਲੱਗ ਰਹੀ ਹੈ ਇਸ ਮਸਲੇ ਦੇ ਉੱਤੇ? ਭੁੱਲਰ ਸਾਹਿਬ, ਸਭ ਤੋਂ ਪਹਿਲਾਂ ਜੇਕਰ ਪਹਿਲੇ ਮਸਲੇ ਦੀ ਗੱਲ ਕਰੀਏ, ਲੋਕ ਸਭਾ ਜੋ ਜਿਹੜਾ ਇੱਕ ਹਲਕਾ ਜਲੰਧਰ ਦਾ, ਚਰਨਜੀਤ ਸਿੰਘ ਚੰਨੀ ਦਾ ਉੱਧਰੋਂ ਘਰ ਲੈਣਾ ਕਿਰਾਏ 'ਤੇ, ਉੱਥੇ ਡੇਰਾ ਲਾਉਣਾ ਪੱਕੇ ਤੌਰ 'ਤੇ ਜਦੋਂ ਤੱਕ ਚੋਣਾਂ ਨੇ, ਦੂਜੇ ਪਾਸੇ ਚੌਧਰੀ ਪਰਿਵਾਰ ਦਾ ਰੁੱਸਣਾ, ਇਹ ਦੋਨਾਂ ਗੱਲਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ, ਕੀ ਸਮਝਦੇ ਹੋ? ਦੇਖੋ, ਅਗਰ ਸਭ ਤੋਂ ਵੱਡੀ ਗੱਲ ਅਗਰ ਕੀਤੀ ਜਾਵੇ, ਜੇ ਅਗਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਦੇ ਵਿੱਚ ਕਿਰਾਏ 'ਤੇ ਕੋਠੀ ਲੈ ਲਈ ਆ, ਇਸਦਾ ਤੇ ਮਤਲਬ ਇਹੀ ਆ ਕਿ ਹਾਈ ਕਮਾਂਡ ਮਤਲਬ ਗਾਂਧੀ ਪਰਿਵਾਰ ਨੇ ਉਹਨਾਂ ਨੂੰ ਥਾਪੜਾ ਦੇ ਦਿੱਤਾ ਹੈਗਾ ਕਿ ਤੁਸੀਂ ਜਲੰਧਰ ਦੀ ਤਿਆਰੀ ਕਰੋ, ਟਿਕਟ ਦੀ ਜਿਹੜੀ ਘੋਸ਼ਣਾ ਉਹ ਬਾਅਦ 'ਚ ਕਰ ਦਿੱਤੀ ਜਾਊਗੀ, ਤੁਸੀਂ ਆਪਣੀਆਂ ਜਾ ਕੇ ਸਰਗਰਮੀਆਂ ਵਧਾਓ, ਆਪਣਾ ਨੈਟਵਰਕ ਵਧਾਓ, ਤਾਂ ਹੀ ਬੰਦਾ ਚਮਕੌਰ ਸਾਹਿਬ ਜਾਂ ਉਹਨਾਂ ਦੀ ਚਮਕੌਰ ਸਾਹਿਬ ਵੀ ਘਰ ਆ, ਮਰਿੰਡੇ ਵੀ ਘਰ ਆ, ਖਰੜ ਵੀ ਘਰ ਆ, ਤਾਂ ਹੀ ਉਹ ਆਪਣੀ ਜਿਹੜੀ ਨਿੱਜੀ ਕੋਠੀ ਛੱਡ ਕੇ ਜਲੰਧਰ 'ਚ ਅਗਰ ਕਿਰਾਏ 'ਤੇ ਕੋਠੀ ਲੈ ਰਹੇ ਨੇ, ਇਹਦਾ ਤੇ ਸਾਫ਼ ਸਪਸ਼ਟ ਇਸ਼ਾਰਾ ਤੇ ਹੀ ਆ ਕਿ ਉਹਨਾਂ ਨੂੰ ਥਾਪੜਾ ਮਿਲ ਚੁੱਕਾ, ਉਹਨਾਂ ਨੂੰ ਹਾਈ ਕਮਾਂਡ ਵੱਲੋਂ ਹਰੀ ਝੰਡੀ ਦਿੱਤੀ ਜਾ ਚੁੱਕੀ ਆ ਕਿ ਅਗਲੀ ਜਿਹੜੀ ਸੀਟ ਜਿਹੜੀ ਜਲੰਧਰ, ਉਹ ਤੁਸੀਂ ਪਾਰਟੀ ਵੱਲੋਂ ਲੜੋਗੇ। ਇਹਦਾ ਇੱਕ ਇਹ ਮਤਲਬ ਆ। ਦੂਜਾ, ਅਗਰ ਚੌਧਰੀ ਪਰਿਵਾਰ ਆ ਤੇ ਕਾਂਗਰਸ ਪਾਰਟੀ ਦਾ ਨੁਕਸਾਨ ਹੀ ਇਸ ਕਰਕੇ ਹੋਇਆ ਕਿ ਹਰ ਕੋਈ ਸਮਝ ਲੈਂਦਾ ਕਿ ਮੇਰੀ ਜੱਦੀ ਸੀਟ ਆ, ਮੇਰੇ ਪੁਰਖਿਆਂ ਦੀ ਸੀਟ ਆ, ਸਾਡੀ ਖਾਨਦਾਨੀ ਸੀਟ ਆ। ਜਦੋਂ ਕਾਂਗਰਸ ਦੇ ਲੀਡਰਾਂ ਨੇ, ਇਹ ਨਹੀਂ ਕਿ ਪੰਜਾਬ ਹੀ ਨਹੀਂ, ਦੇਸ਼ ਭਰ ਦੇ ਵਿੱਚ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਆਪਣੇ ਜਿਹੜੇ ਹਲਕੇ ਨੇ ਉਹ ਜੱਦੀ ਖਾਨਦਾਨੀ ਤੇ ਪਿਤਾ ਪੁਰਖੀ ਸਮਝ ਲਏ, ਇਸੇ ਕਰਕੇ ਕਾਂਗਰਸ ਪਾਰਟੀ ਦਾ ਨੁਕਸਾਨ ਹੋਇਆ। ਬੀਜੇਪੀ ਨੇ ਆਪਣੇ ਕਈ ਮੁੱਖ ਮੰਤਰੀ ਹਟਾ ਕੇ ਨਵੇਂ ਮੁੱਖ ਮੰਤਰੀ ਲਾ ਦਿੱਤੇ, ਕਿਸੇ ਨੇ ਆਪਣੀ ਪਿਤਾ ਪੁਰਖੀ ਸੀਟ ਨਹੀਂ ਦੱਸੀ ਹੈਗੀ, ਲੇਕਿਨ ਪੰਜਾਬ ਦੇ ਵਿੱਚ ਜਾਂ ਬਾਕੀ ਸੂਬਿਆਂ ਦੇ ਵਿੱਚ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਇਹੋ ਹੀ ਇੱਕ ਮਾੜੀ ਪੱਖ ਸੀ ਜਿਸ ਕਰਕੇ ਪਾਰਟੀ ਦਾ ਨੁਕਸਾਨ ਹੋਇਆ। ਹੁਣ ਸਵਾਲ ਇਹ ਕਿ ਅਗਰ ਚਰਨਜੀਤ ਸਿੰਘ ਚੰਨੀ ਉੱਥੋਂ ਜਲੰਧਰ ਤੋਂ ਜਾ ਕੇ ਲੜਦੇ ਨੇ, ਉਹਦੇ 'ਚ ਚੌਧਰੀ ਪਰਿਵਾਰ ਦਾ ਕੀ ਨੁਕਸਾਨ ਹੈਗਾ? ਕਿ ਚੌਧਰੀ ਪਰਿਵਾਰ ਕਹਿ ਰਹੇ ਨੇ ਕਿ ਇਸ ਸੀਟ ਤੇ ਕੋਈ ਹੋਰ ਬਾਹਰੋਂ ਆ ਕੇ ਲੜ ਹੀ ਨਹੀਂ ਸਕਦਾ, ਤੇ ਜੇ ਉਹਨਾਂ ਨੂੰ ਭੁਲੇਖਾ ਸੀ ਤੇ ਸ਼ਾਇਦ ਇਸੇ ਕਰਕੇ ਚਰਨਜੀਤ ਚੰਨੀ ਨੂੰ ਨਾ ਥਾਪੜ ਦਿੱਤਾ ਹਾਈਕਮਾਂਡ ਨੇ, ਉਹਨਾਂ ਨੇ ਕੋਠੀ ਕਿਰਾਏ ਤੇ ਲੈ ਲਈ ਆ। ਤੇ ਦੂਜਾ, ਜਿਹੜੇ ਵਿਕਰਮਜੀਤ ਸਿੰਘ ਚੌਧਰੀ ਨੇ ਜਿਹੜੇ ਫਲੌਰ ਤੋਂ MLA ਨੇ, ਜਿਹਨਾਂ ਦੇ ਪਹਿਲਾਂ ਦਾਦਾ ਜੀ, ਫਿਰ ਤਾਇਆ ਜੀ, ਫਿਰ ਪਿਤਾ ਜੀ ਕਾਂਗਰਸ ਪਾਰਟੀ ਦੇ MLA ਮੰਤਰੀ ਰਹੇ ਨੇ, ਉਹਨਾਂ ਨੇ ਹੁਣ ਜਿਹੜਾ ਪਾਰਟੀ ਦਾ ਜਿਹੜਾ ਚੀਫ ਵਿਪ ਅਹੁਦੇ ਤੋਂ ਜਿਹੜਾ ਵਾ ਉਹ ਤਿਆਗ ਪੱਤਰ ਦੇ ਦਿੱਤਾ ਹੈਗਾ। ਇਹ ਰੋਸਾ ਕਹਿ ਸਕਦੇ ਹੋ ਨਾ ਜੀ, ਇਹ ਚੀਫ ਵਿਪ ਦੇ ਅਹੁਦੇ ਤੋਂ ਜਿਹੜਾ ਅਸਤੀਫਾ ਦੇਣਾ, ਇਸ ਗੱਲ ਦੇ ਲੈ ਕੇ ਚਰਚਾ ਛਿੜ ਗਈ, ਕਿਉਂਕਿ ਅੱਜ ਕੱਲ੍ਹ ਵਿਸ਼ਵਾਸ ਨਹੀਂ ਰਿਹਾ ਕਿ ਹੋ ਸਕਦਾ ਹੈ ਅਜਿਹੀਆਂ ਨਾਰਾਜ਼ਗੀਆਂ ਕਰਕੇ ਪਲਟੀ ਵੀ ਵੱਜ ਜਾਂਦੀ ਹੈ, ਜਿਵੇਂ ਰਾਜ ਕੁਮਾਰ ਚੱਬੇਵਾਲ ਮੌਜੂਦਾ ਵਿਧਾਇਕ ਹੀ ਚਲੇ ਗਏ ਆਮ ਆਦਮੀ ਪਾਰਟੀ ਵੱਲ, ਅੱਜ ਇਸ ਗੱਲ ਦੀ ਵੀ ਪੂਰੀ ਚਰਚਾ ਰਹੀ ਕਿ ਕੀ ਹੁਣ ਅਗਲੀ ਵਿਕਟ ਡਿੱਗਣ ਵਾਲੀ ਹੈ।
ਸਿਆਸਤ ਵਿੱਚ ਇਹਨਾਂ ਦਿਨਾਂ ਦੇ ਵਿੱਚ ਕੁਝ ਵੀ ਹੋ ਸਕਦਾ ਕਿ ਇੱਕ ਬੰਦਾ ਨਾਰਾਜ਼ ਹੁੰਦਾ ਤੇ ਪਾਰਟੀ ਬਦਲ ਲੈਂਦਾ ਹੈਗਾ। ਪਹਿਲਾਂ ਜਿਹੜੇ ਪਾਰਟੀ ਦੇ ਲੀਡਰ ਸੀ ਨਾਰਾਜ਼ ਹੁੰਦੇ ਸੀ ਲੇਕਿਨ ਪਾਰਟੀ ਨਹੀਂ ਸੀ ਬਦਲਦੇ, ਹੁਣ ਪਾਰਟੀ ਬਦਲ ਵਾਸਤੇ ਲੀਡਰ ਨਾਰਾਜ਼ ਹੋ ਰਹੇ ਨੇ ਕਿ ਮੇਰੇ ਨਾਲ ਉਹ ਕਹਿੰਦੇ ਨਾ ਕਿ ਆਟਾ ਗੁਣੀ ਦੀ ਦੇ ਸਿਰ ਘੋਲਦਾ ਜਾਂ ਰੋਟੀ ਖਾਣ ਲੱਗਿਆ ਤੁਹਾਡਾ ਮੂੰਹ ਘੋਲਦਾ, ਕਾਂਗਰਸ ਲੀਡਰਾਂ ਦਾ ਇਹ ਕੰਮ ਹੋ ਗਿਆ। ਹੁਣ ਸਵਾਲ ਹੈ ਕਿ ਚਰਜੀ ਸਿੰਘ ਚੰਨੀ ਸਿਰਫ ਚੰਨੀ ਦੀ ਜਲੰਧਰ ਤੇ ਅੱਖ ਨਹੀਂ ਆ, ਬਹੁਤ ਸਾਰੇ ਜਲੰਧਰ ਦੇ ਵਿੱਚ ਡੇਰੇ ਦੇ, ਬਹੁਤ ਸਾਰੇ ਜਲੰਧਰ ਦੇ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਜਾਂ ਬਾਕੀ ਪਾਰਟੀਆਂ ਦੇ ਨਾਲ ਵੀ ਸੰਬੰਧ ਰੱਖਣ ਵਾਲੇ, ਜਿਹੜਾ ਐਸੀ ਭਾਈਚਾਰੇ ਦਾ ਜਿਹੜਾ ਵੋਟ ਬੈਂਕ ਆ ਉਹਨਾਂ ਦੀ ਪਸੰਦ ਚੰਨੀ ਆ। ਮਤਲਬ ਚੰਨੀ ਦੀ ਜਲੰਧਰ ਤੇ ਅੱਖ ਨਹੀਂ ਆ, ਜਲੰਧਰ ਵਾਲਿਆਂ ਦੀ ਚਰਜੀ ਸਿੰਘ ਚੰਨੀ ਤੇ ਅੱਖ ਆ। ਹੁਣ ਉਹ ਜਿਹੜੀ ਇੱਕ ਦੂਜੇ ਦੇ ਉੱਪਰ ਅੱਖ ਆ, ਉਹ ਤੀਜੇ ਬੰਦੇ ਨੂੰ ਅੱਖ ਰੜਕ ਰਹੀ ਆ, ਇਸ ਕਰਕੇ ਵਿਕਰਮਜੀਤ ਸਿੰਘ ਚੌਧਰੀ ਹੋਣੀ ਪਹਿਲਾਂ ਵੀ ਸਟੇਟਮੈਂਟ ਆ ਚੁੱਕੇ, ਉਹਨਾਂ ਦੀ ਇੰਟਰਵਿਊ ਆ ਚੁੱਕੀਆਂ ਨੇ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਕਿ ਚਰਨਜੀਤ ਸਿੰਘ ਚੰਨੀ ਦੀ ਭਦੌੜ ਜਮਾਨਤ ਜ਼ਬਤ ਹੋ ਗਈ, ਚਰਨਜੀਤ ਸਿੰਘ ਚੰਨੀ ਦੀ ਚਮਕੌਰ ਸਾਹਿਬ ਜਮਾਨਤ ਜ਼ਬਤ ਹੋ ਗਈ ਤੇ ਹੁਣ ਜਲੰਧਰ ਟ੍ਰਾਇਲ ਕਰਨ ਆਓ। ਹੁਣ ਸਵਾਲ ਆ ਕਿ ਵਿਕਰਮ ਸਿੰਘ ਚੌਧਰੀ ਹੋਣਾ ਨੇ ਚਰਨਜੀਤ ਸਿੰਘ ਚੰਨੀ ਤੇ ਟਿੱਪਣੀ ਕਰਤੀ, ਪਰ ਜਿਹੜੇ ਕੇਕ ਲੈ ਕੇ ਆਏ ਸੀ ਕੋਟਲੀ MLA ਸਾਹਿਬ ਉਹਨਾਂ ਦੇ ਕੋਈ ਟਿੱਪਣੀ ਨਹੀਂ ਕੀਤੀ ਹੈਗੀ। ਤਾਂ ਮਤਲਬ ਕਿ ਜਲੰਧਰ ਦੇ ਜਿਹੜੇ ਲੋਕ ਨੇ ਉਹ ਚਾਹੁੰਦੇ ਨੇ ਜਿਹੜਾ ਕਿ ਕਾਂਗਰਸ ਦਾ ਤਬਕਾ ਜਾਂ ਜਿਹੜਾ ਹੋਰ ਐਸੀ ਭਾਈਚਾਰੇ ਦਾ ਤਬਕਾ ਹੈਗਾ ਕਿ ਚਰਨਜੀਤ ਚੰਨੀ ਨੂੰ ਲੜਾਇਆ ਜਾਣਾ ਚਾਹੀਦਾ ਹੈਗਾ। ਚੰਨੀ ਜਿਹੜੇ ਨੇ ਸਾਬਕਾ ਮੁੱਖ ਮੰਤਰੀ, ਉਹ ਸਿਰਫ ਐਸੀ ਭਾਈਚਾਰੇ ਦੀ ਪਸੰਦ ਨਹੀਂ ਇਸ ਟਾਈਮ, ਜਦੋਂ ਦਾ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਲੈ ਕੇ ਸਟੇਟਮੈਂਟਾਂ ਦਿੱਤੀਆਂ ਹੈਗੀਆਂ ਨਾ, ਔਰ ਉਸ ਤੋਂ ਬਾਅਦ ਜਿਹੜੀਆਂ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਸਟੇਟਮੈਂਟ ਦਿੱਤੀਆਂ, ਉਹ ਸਾਰੀ ਜਿਹੜੇ ਤਬਕੇ ਨੇ ਸਾਰੇ ਜਿਹੜੇ ਵਰਗ ਨੇ ਉਹਨਾਂ ਦੇ ਵਿੱਚ ਵੀ ਉਹ ਓਨੀ ਪਸੰਦ ਬਣ ਚੁੱਕੇ ਹੈਗੇ ਨੇ। ਇਸ ਕਰਕੇ ਚਰਚਾ ਇਹ ਵੀ ਸੀ ਕਿ ਜੇ ਜਿਮਨੀ ਚੋਣ ਜਦੋਂ ਜਲੰਧਰ ਹੋਈ, ਜਦੋਂ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ MP ਬਣੇ ਸੀ, ਜੇ ਕਿਤੇ ਕਾਂਗਰਸ ਪਾਰਟੀ ਉੱਥੇ ਚਰਨਜੀਤ ਚੰਨੀ ਨੂੰ ਟਿਕਟ ਦੇ ਦਿੰਦੇ ਹੈਗੇ ਤੇ ਲਾਜ਼ਮੀ ਤੌਰ ਤੇ ਰਿਜ਼ਲਟ ਕੁਝ ਹੋਰ ਹੋਣੇ ਸੀ। ਹੋ ਸਕਦਾ ਸੀ ਕਿ ਕਾਂਗਰਸ ਪਾਰਟੀ ਦੇ ਖਾਤੇ ਜਿਹੜੀ ਸੀਟ ਆ ਉਹ ਚਲੀ ਜਾਂਦੀ ਜੀ। ਤਾਂ ਜਿੱਥੇ ਇਹ ਚਰਚਾ ਹੈ ਤੇ ਨਾਲੋ ਨਾਲ ਇਹ ਵੀ ਹੈ ਨਾ ਕਿ ਬਾਕੀ ਥਾਵਾਂ ਦੇ ਉੱਤੇ ਵੀ ਕਿਸ ਦੇ ਪੈਰ ਲੱਗੇ ਹੋਏ ਆ ਤੇ ਕਿਸ ਦੇ ਉਖੜੇ ਹੋਏ ਆ, ਇਹ ਵੀ ਨਾਲੋ ਨਾਲ ਹੈ। ਕਿਉਂਕਿ ਇੱਕ ਪਾਸੇ ਜਿਵੇਂ ਆਪਾਂ ਬੀਤੇ ਦਿਨ ਵੀ ਚਰਚਾ ਕੀਤੀ ਕਿ ਮੁੱਖ ਮੰਤਰੀ ਸਾਹਿਬ ਨੂੰ ਵੀ ਇਹਨਾਂ 2 ਸੀਟਾਂ ਦਾ ਚਰਚਾ ਕਰਨਾ ਪਿਆ ਕਿ ਘੱਟੋ ਘੱਟ ਇਹ ਤੇ ਅਸੀਂ ਨਹੀਂ ਜਾਣਦੇ ਨਹੀਂ, ਹਾਲਾਂਕਿ ਦਾਵਾ ਤਾਂ 13 ਦੀਆਂ 13 ਤੇ ਹੈ। ਪਰ ਦੂਜੇ ਪਾਸੇ ਕਾਂਗਰਸ ਲਈ ਵੀ ਜਲੰਧਰ ਉਨੀ ਇੰਪੋਰਟੈਂਟ ਬਣੀ ਪਈ ਆ ਜਿੰਨੀ ਕਿ ਆਮ ਆਦਮੀ ਪਾਰਟੀ ਲਈ ਆ, ਸੱਤਾ ਧਿਰ ਦੀ ਲਈ ਇੰਪੋਰਟੈਂਟ ਆ। ਜਿਹੜੀ ਜਲੰਧਰ ਹੈ, ਜਲੰਧਰ ਦਾ ਦੇਖੋ ਜਿਹੜੀ ਵਕਾਰ ਦੀ ਜਿਹੜੀ ਨੱਕ ਦਾ ਸਵਾਲ ਬਣਾ ਬੈਠੇ, ਚੌਧਰੀ ਪਰਿਵਾਰ ਵੀ ਬਣਾ ਬੈਠੇ ਹੈਗੇ ਨੇ, ਕਿਉਂਕਿ ਵਿਕਰਮਜੀਤ ਸਿੰਘ ਚੌਧਰੀ ਸਾਹਿਬ ਨੂੰ ਲੱਗਦਾ ਕਿ ਮੇਰੇ ਦਾਦਾ ਜੀ ਮਾਸਟਰ ਗੁਰਬੰਤਾ ਸਿੰਘ 125 ਸਾਲ ਤੋਂ ਕਾਂਗਰਸ ਪਾਰਟੀ ਦੇ MLA ਬਣਦੇ ਆ ਰਹੇ ਨੇ, ਫਿਰ ਤਾਇਆ ਜੀ ਬਣੇ, ਫਿਰ ਭਾਪਾ ਜੀ ਬਣੇ ਨੇ, ਫਿਰ ਜਿਹੜੇ ਕਿੰਨੇ ਮਦਰ ਨੂੰ ਲੋਕ ਸਭਾ ਦੇ ਵਿੱਚ ਜਿਮਨੀ ਚੋਣ ਵਾਸਤੇ ਟਿਕਟ ਮਿਲ ਗਈ, ਖੁਦ ਉਹ 2 ਵਾਰਾਂ ਟਿਕਟ ਉਹਨਾਂ ਨੂੰ ਮਿਲੀ ਸੀ। ਕਿ ਜਲੰਧਰ ਦੇ ਸਰਕਾਰ ਵਾਸਤੇ ਵੀ ਬੜੀ ਵਕਾਰ ਦੀ ਸੀਟ ਬਣੀ ਹੋਈ, ਇੱਜ਼ਤ ਦੀ ਸੀਟ ਬਣੀ ਹੋਈ ਆ, ਪਰ ਕਾਂਗਰਸ ਪਾਰਟੀ ਜਿਹੜੀ ਲੱਗ ਰਹੇ ਨੇ ਕਿ ਇਸ ਵਾਰ ਜਿਹੜੀ ਜਿਹੜੀ 4 ਕੋਰਨਰ ਲੜਾਈ ਹੋਏਗੀ ਉਹਦੇ ਚ ਕਾਂਗਰਸ ਪਾਰਟੀ ਦਾ ਜਿਹੜਾ ਹੱਥ ਆ ਉਹ ਬਾਕੀਆਂ ਦੇ ਮੁਕਾਬਲੇ ਵੀ ਉੱਪਰ ਵੀ ਹੋ ਸਕਦਾ, ਲੇਕਿਨ ਕਾਂਗਰਸ ਪਾਰਟੀ ਦੇ ਲੀਡਰ ਆਪਣੀਆਂ ਖੁਦ ਹੀ ਜੜ੍ਹਾਂ ਵੱਢੀ ਜਾ ਰਹੇ ਨੇ। ਜਲੰਧਰ ਦੇ ਵਿੱਚ ਬਹੁਤ ਸਾਰੇ ਲੋਕ ਕਹਿੰਦੇ ਕਿ ਚੰਨੀ ਸਾਹਿਬ ਨੂੰ ਇੱਥੇ ਲੜਨੀ ਚਾਹੀਦੀ ਹੈ, ਇੱਕ ਪਰਿਵਾਰ ਕਹਿੰਦਾ ਨਹੀਂ ਲੜਨੀ ਚਾਹੀਦੀ। ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਜਿਹੜੇ ਵਰਕਰ ਨੇ ਜਾਂ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਹੇਠਲੇ ਲੈਵਲ ਦੇ, ਉਹ ਕਹਿੰਦੇ ਕਿ ਗੁਰਜੀਤ ਸਿੰਘ ਔਜਲਾ ਨੂੰ ਟਿਕਟ ਮਿਲਣੀ ਚਾਹੀਦੀ ਆ। ਜਿਹੜਾ ਵਰਕਰ ਆ ਉਹ ਗੁਰਜੀਤ ਸਿੰਘ ਔਜਲਾ ਦੇ ਨਾਲ ਆ, ਤੇ ਜਿਹੜੇ ਮਾਝੇ ਦੇ ਜਿਹੜੇ ਲੀਡਰ ਨੇ ਉਹ OP ਸੋਨੀ ਦੇ ਨਾਲ ਆ। ਹੁਣ ਕਈਆਂ ਦੀ ਗੁਰਜੀਤ ਸਿੰਘ ਔਜਲਾ ਦੇ ਜਿਹੜੇ ਮਾਝਾ ਜਿਹੜਾ ਆਪਣੇ ਆਪ ਨੂੰ ਉੱਥੇ ਮਾਝੇ ਦੇ ਕਈ ਲੀਡਰ ਨੇ, ਜਿਹੜਾ ਮਾਝਾ ਐਕਸਪ੍ਰੈਸ ਦੇ ਤੌਰ ਤੇ ਜਾਣੇ ਜਾਂਦੇ ਨੇ,
ਉਹਨਾਂ ਦਾ ਇਹ ਹੈ ਕਿ ਜੇ ਗੁਰਜੀਤ ਸਿੰਘ ਔਜਲਾ ਐਮਪੀ ਬਣ ਗਿਆ ਤੇ ਤੀਜੀ ਵਾਰ ਬਣ ਜਾਊਗਾ, ਸਾਡੀ ਸਿਕਿਉਰਿਟੀ ਮਾਰੀ ਜਾਊਗੀ। ਇਸ ਕਰਕੇ ਉਹ ਗੁਰਜੀਤ ਸਿੰਘ ਔਜਲਾ ਦੀ ਟਿਕਟ ਕਟਾਉਣ ਦੇ ਵਿੱਚ ਕੋਸ਼ਿਸ਼ਾਂ ਤੇ ਰਣਨੀਤੀਆਂ ਘੜ ਰਹੇ ਨੇ ਕਿ ਓਮ ਪ੍ਰਕਾਸ਼ ਸੋਨੀ ਨੂੰ ਦਿੱਤੀ ਜਾਵੇ, ਕਿ ਪੰਜਾਬ ਦੇ ਵਿੱਚ ਹਿੰਦੂ ਅੰਮ੍ਰਿਤਸਰ ਹਿੰਦੂ ਭਾਈਚਾਰੇ ਚੋਂ ਕਿਸੇ ਵਰਗ ਉਮੀਦਵਾਰ ਨੂੰ ਦੇਣੀ ਚਾਹੀਦੀ ਹੈ। ਕਾਂਗਰਸ ਪਾਰਟੀ ਆਪਣੀਆਂ ਜਿਹੜਾ ਵੱਡੀ ਜਾ ਰਹੀ ਹੈ, ਕਾਂਗਰਸ ਪਾਰਟੀ ਦੇ ਲੀਡਰ ਹਲੇ ਵੀ ਇਹ ਨਹੀਂ ਸੋਚ ਰਹੇ ਕਿ ਤੀਜੀ ਵਾਰ ਸਰਕਾਰ ਤੁਹਾਡੀ ਦੇਸ਼ ਦੇ ਵਿੱਚ ਬਣਨੀ ਫਿਰ ਮੁਸ਼ਕਲ, ਤੀਜੀ ਵਾਰ ਫਿਰ ਜ਼ਿਆਦਾ ਚਾਂਸ ਅੱਜ ਦੀ ਤਰੀਕ ਤੇ ਮੋਦੀ ਸਾਹਿਬ ਦੇ ਲੱਗਦੇ ਨੇ, ਤੇ ਤੁਸੀਂ ਆਪਣੀਆਂ ਜਿਹੜਾ ਵੱਡੀ ਜਾ ਰਹੇ ਹੋ। ਦੂਜੀ ਗੁਰਦਾਸਪੁਰ ਦੇ ਵਿੱਚ ਰੌਲਾ, ਫਿਰੋਜ਼ਪੁਰ ਦੇ ਵਿੱਚ ਇਹਨਾਂ ਦਾ ਰੌਲਾ ਪਿਆ, ਖਡੂਰ ਸਾਹਿਬ ਦੇ ਵਿੱਚ ਇਹਨਾਂ ਦਾ ਰੌਲਾ, ਆਨੰਦਪੁਰ ਸਾਹਿਬ 'ਚ ਇਹਨਾਂ ਦਾ ਰੌਲਾ, ਬਠਿੰਡੇ ਇਹਨਾਂ ਕੋਈ ਬੰਦਾ ਲੜਨ ਨੂੰ ਤਿਆਰ ਨਹੀਂ ਹੈ, ਪਟਿਆਲੇ ਤਾਂ ਹੀ ਡਾਕਟਰ ਗਾਂਧੀ ਨੂੰ ਲੈ ਕੇ ਨਾ ਰਾਹੁਲ ਗਾਂਧੀ, ਕਿਉਂ ਇਹਨਾਂ ਕੋਲ ਇੱਥੇ ਬੰਦਾ ਨਹੀਂ ਹੈਗਾ। ਇਸ ਕਰਕੇ ਹੁਣ ਚਰਨਜੀਤ ਚੰਨੀ, ਜਿੱਥੇ ਕਾਂਗਰਸ ਪਾਰਟੀ ਨੂੰ ਲੱਗਦਾ ਹੈ ਕਿ ਇਹ ਜਿਹੜੇ ਚਰਨਜੀਤ ਚੰਨੀ ਅਸੀਂ ਉੱਥੋਂ ਲਵਾਉਂਦੇ ਹਾਂ ਜਲੰਧਰ ਤੋਂ, ਓਨਾ ਹੀ ਅਸਰ ਜਿਹੜਾ ਹੁਸ਼ਿਆਰਪੁਰ ਤੇ ਪਏਗਾ ਅਸਰ, ਔਰ ਓਨਾ ਫਰੀਦਕੋਟ ਤੇ ਪਏਗਾ, ਕਿਉਂਕਿ ਚਰਨਜੀਤ ਚੰਨੀ ਜਿੱਥੇ ਜਿੱਥੇ ਐਸੀ ਭਾਈਚਾਰਾ ਵੱਸਦਾ ਉਹਦੇ 'ਚ ਚਰਨਜੀਤ ਚੰਨੀ ਦਾ ਬਹੁਤ ਵੱਡਾ ਰੋਲ ਆ। ਜੇ ਲੋਕੀ ਕਹਿੰਦੇ ਨੇ ਕਿ ਚੰਨੀ ਸਟੈਂਡ ਵਾਲਾ ਬੰਦਾ ਹੈਗਾ, ਕਿਉਂਕਿ ਜਦੋਂ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਬ੍ਰੀਚ ਹੋਈ, ਹਾਲਾਂਕਿ ਉਹ ਨਹੀਂ ਹੋਣੀ ਚਾਹੀਦੀ, ਜ਼ਿੰਮੇਵਾਰ ਅਫਸਰਾਂ ਦੇ ਖਿਲਾਫ਼ ਕਾਰਵਾਈ ਹੋਣੀ ਲਾਜ਼ਮੀ ਉਸੇ ਦਿਨ ਹੁੰਦੀ ਤੇ ਚੰਗੀ ਗੱਲ ਸੀ, ਲੇਕਿਨ ਫਿਰ ਚੰਨੀ ਚੰਨੀ ਦਾ ਕਹਿਣਾ ਕਿ ਕਿਹੜੇ ਤੁਹਾਡੇ ਡਲੇ ਵੱਜ ਗਏ ਹੈਗੇ ਤੁਹਾਡੇ ਤੋਂ, ਹੈ ਨਾ। ਉਹ ਜਿਹੜੇ ਲੋਕ ਪੰਜਾਬ ਦੇ ਏਦਾਂ ਦੀਆਂ ਜਿਹੜੀਆਂ ਸਟੇਟਮੈਂਟਾਂ ਨੇ ਜਾਂ ਏਦਾਂ ਦੀਆਂ ਜਿਹੜੀਆਂ ਸੁਰਾਂ ਨੂੰ ਪਸੰਦ ਕਰਦੇ ਨੇ, ਇਸ ਕਰਕੇ ਚਰਨਜੀਤ ਚੰਨੀ ਭਾਵੇਂ ਉਹਨਾਂ ਐਸੀ ਭਾਈਚਾਰੇ ਲਾ ਲਓ ਚਾਹੇ ਜਨਰਲ ਭਾਈਚਾਰੇ ਲਓ, ਉਹ ਬਰਾਬਰ ਦੀ ਇੱਕ ਪਸੰਦ। ਇਸੇ ਕਰਕੇ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਚਾਹੁੰਦੇ ਕਿ ਚੰਨੀ ਜਿਹੜੇ ਨੇ ਸਾਬਕਾ ਮੁੱਖ ਮੰਤਰੀ ਉਹ ਜਲੰਧਰ ਤੋਂ ਲੜਨ, ਔਰ ਚਾਰ ਪੰਜਾਬ ਦੀਆਂ ਰਿਜ਼ਰਵ ਸੀਟਾਂ ਨੇ ਹੁਸ਼ਿਆਰਪੁਰ, ਫਰੀਦਕੋਟ, ਫਤਿਹਗੜ੍ਹ ਸਾਹਿਬ ਤੇ ਜਲੰਧਰ। ਚਾਰੇ ਜਿਹੜੇ ਐਸੀ ਭਾਈਚਾਰੇ ਦੇ ਜਿਹੜੇ ਲੀਡਰ ਕਾਂਗਰਸ ਪਾਰਟੀ ਦੇ ਜਿਹੜੇ ਹੈ, ਜਿਹੜੇ ਹੇਠਲੇ ਲੈਵਲ ਦੇ, ਉੱਪਰਲੇ ਲੈਵਲ ਦੇ ਨਹੀਂ, ਜਿਹੜੇ ਕੈਟਾਗਰੀ ਬੀ ਜਾਂ ਸੀ ਜਾਂ ਡੀ ਲਾ ਲਓ, ਉਹ ਕਹਿੰਦੇ ਕਿ ਜੇ ਇਹਨਾਂ ਚਾਰਾਂ ਸੀਟਾਂ ਤੇ ਚਰਨਜੀਤ ਚੰਨੀ ਦੀ ਸਭ ਤੋਂ ਜ਼ਿਆਦਾ ਡਿਮਾਂਡ ਆ। ਕੋਈ ਕਹਿੰਦਾ ਕਿ ਇਹਨਾਂ ਨੂੰ ਹੁਸ਼ਿਆਰਪੁਰ ਲੜਾਈ ਜਾਵੇ ਤੇ ਕਾਂਗਰਸ ਦੇ ਰਿਜ਼ਲਟ ਚੰਗੇ ਹੋ ਸਕਦੇ, ਕੋਈ ਕਹਿੰਦਾ ਕਿ ਜਲੰਧਰ ਤੋਂ ਲੜਾਈ ਜਾਵੇ ਤੇ ਰਿਜ਼ਲਟ ਬਹੁਤ ਵਧੀਆ ਹੋ ਸਕਦੇ, ਕੋਈ ਕਹਿੰਦੇ ਕਿ ਜੇ ਫਤਿਹਗੜ੍ਹ ਸਾਹਿਬ ਤੋਂ ਲੜਾਈ ਜਾਵੇ ਤੇ ਰਿਜ਼ਲਟ ਹੋਰ ਵਧੀਆ ਹੋ ਸਕਦੇ ਨੇ, ਕੋਈ ਕਹਿੰਦੇ ਕਿ ਫਰੀਦਕੋਟ ਸਭ ਤੋਂ ਜ਼ਿਆਦਾ ਐਸੀ ਭਾਈਚਾਰਾ ਵੱਸਦਾ ਵਾ ਉੱਥੇ ਲੜਾਈ ਜਾਵੇ ਤੇ ਰਿਜ਼ਲਟ ਹੋਰ ਵਧੀਆ ਹੋ ਸਕਦੇ ਨੇ। ਇਸ ਕਰਕੇ ਚੌਧਰੀ ਪਰਿਵਾਰ ਹੋਵੇ ਚਾਹੇ ਕੋਈ ਹੋਰ ਹੋਵੇ, ਉਹਨਾਂ ਦੀ ਸਮੱਸਿਆ ਵੀ ਹੈ। ਚੰਨੀ ਇੱਕ ਸਮੱਸਿਆ ਇਸ ਕਰਕੇ ਬਣ ਚੁੱਕਾ ਹੈਗਾ ਕਾਂਗਰਸ ਪਾਰਟੀ ਲੀਡਰਾਂ 'ਚ ਕਿ ਉਹਦੀ ਵਿਦਨ ਪਾਰਟੀ ਚੜ੍ਹਾਈ ਬਾਕੀਆਂ ਦੇ ਮੁਕਾਬਲੇ ਜ਼ਿਆਦਾ ਹੈ। ਇਹਦੇ ਨਾਲ ਵੱਖਰੀ ਗੱਲ ਹੈ ਕਿ ਉਹ ਹੁਣ ਹਾਈ ਕਮਾਂਡ ਕਿਵੇਂ ਦੇਖਦੀ ਹੈ, ਤੇ ਜੇ ਕਿਤੇ ਗਲਤੀ ਨਾ ਕਰਦੇ ਉਸ ਸਮੇਂ, ਜੇ ਉਸ ਸਮੇਂ ਕਾਂਗਰਸ ਪਾਰਟੀ ਦੇ ਪੰਜਾਬ ਦੇ ਜਿਹੜੇ ਲੀਡਰ ਨੇ ਜਿਨ੍ਹਾਂ ਦੇ ਹੱਥ ਕਮਾਨ ਸੀ, ਅਗਰ ਬੜਾ ਉਹ ਦੂਰ ਅੰਦੇਸ਼ੀ ਵਾਲੀ ਸੋਚ ਰੱਖ ਕੇ ਉਦੋਂ ਜਿਮਨੀ ਚੋਣ ਦੇ ਵਿੱਚ ਚਰਨਜੀਤ ਚੰਨੀ ਨੂੰ ਟਿਕਟ ਦਿੰਦੇ ਹੈਗੇ, ਤੇ ਲਾਜ਼ਮੀ ਤੌਰ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਦੀ ਬਹੁਤ ਜ਼ਿਆਦਾ ਕਿਰਕਿਰੀ ਹੋ ਜਾਣੀ। ਸੰਗਰੂਰ ਤੋਂ ਬਾਅਦ ਪੂਰੇ ਪੂਰੇ ਚਾਂਸ ਸੀ ਕਿ ਜਲੰਧਰ ਵੀ ਸਰਕਾਰ ਜਿਹੜੀ ਉਹ ਸੀਟ ਹਾਰ ਸਕਦੀ ਹੈਗੀ ਜੀ। ਇੱਕ ਅਗਲਾ ਮਸਲਾ ਬੜਾ ਇੰਪੋਰਟੈਂਟ ਹੈ, ਉਹ ਆ ਰਾਜਪੁਰਾ ਦਾ ਇੱਕ ਪ੍ਰਾਈਮ ਸਿਨੇਮਾ ਜਿਹੜਾ ਉਸਦੇ ਪ੍ਰਬੰਧਕ ਉੱਤੇ ਤੇ ਇੱਕ ਜਿਹੜਾ ਡਿਸਟ੍ਰੀਬਿਊਸ਼ਨ ਕੰਪਨੀ ਹੈ, ਪਰਚਾ ਦਰਜ ਹੋਇਆ। ਪਰਚਾ ਕਿਸਨੇ ਸ਼ਿਕਾਇਤ ਕੀਤੀ? ਮਾਨਿਕ ਗੋਇਲ, RTI ਕਾਰਕੁਨ। ਹਾਲਾਂਕਿ ਉਸ ਮਸਲੇ ਦੇ ਉੱਤੇ ਆਪਾਂ ਵੀ ਜਦੋਂ ਇੰਟਰਵਿਊ ਕੀਤਾ ਤੇ ਮਾਨਿਕ ਗੋਇਲ ਦਾ ਕਹਿਣਾ ਸੀ ਕਿ ਮੇਰੇ ਇੱਕ ਦੋਸਤ ਨੇ ਵੀਡੀਓ ਬਣਾਈ ਭੇਜੀ, ਪਹਿਲਾਂ ਤਾਂ ਮੰਨਣ ਨੂੰ ਨਹੀਂ ਸੀ ਤਿਆਰ ਸਰਕਾਰ ਕਿ ਵੀਡੀਓ ਕਹਿੰਦੇ ਪੁਰਾਣੀ ਹੈ, ਪਹਿਲਾਂ ਦੀ ਸਿਨੇਮਿਆਂ 'ਚ ਚੱਲਦੀ ਹੈ, ਪਰ ਜਦੋਂ ਨਾਲ ਇੱਕ ਮੌਜੂਦਾ ਚੱਲ ਰਹੀ ਫਿਲਮ ਦੀ ਇੱਕ ਪ੍ਰਮੋਸ਼ਨ ਹੈ, ਜਦੋਂ ਉਸ ਦੀ ਵੀਡੀਓ ਨਾਲ ਲੱਗੀ ਤੇ ਕਹਿੰਦੇ ਹੁਣ ਦੀ ਵੀਡੀਓ ਆ, ਤੇ ਹੁਣ ਫਿਰ ਇਸ ਦੇ ਵਿੱਚ ਤਾਂ ਕਹਿੰਦੇ ਸਰਕਾਰ ਨੂੰ ਤਾਂ ਕੁਛ ਨਹੀਂ ਕਿਹਾ ਗਿਆ, ਕਲੀਨ ਚਿੱਟ ਹੀ ਆ, ਪਰ ਦੂਜੇ ਪਾਸੇ ਜਿਹੜਾ ਪ੍ਰਬੰਧਕ ਉੱਤੇ ਤੇ ਡਿਸਟ੍ਰੀਬਿਊਸ਼ਨ ਵਾਲੀ ਕੰਪਨੀ ਹੈ ਉਹਨਾਂ 'ਤੇ ਜ਼ਰੂਰ ਪਰਚਾ ਦਰਜ ਹੋਇਆ।
ਦੇਖੋ ਸੰਦੀਪ, ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਮਾਨਕ ਗੋਇਲ ਨੇ, ਚਾਹੇ ਆਪਾਂ ਉਹਨੂੰ ਇਹ ਕਹਿ ਰਹੇ ਨੇ ਕਿ ਆਰਟੀਆਈ ਐਕਟਿਵਿਸਟ ਨੇ, ਮੈਨੂੰ ਲੱਗਦਾ ਕਿ ਜਿੰਨੇ ਪੰਜਾਬ ਦੇ ਵਿੱਚ ਓਪੋਜੀਸ਼ਨ ਦੇ ਬਤੌਰ ਉਹ ਜ਼ਿੰਮੇਵਾਰੀ ਨਿਭਾ ਰਿਹਾ, ਉਹਨੀ ਜ਼ਿੰਮੇਵਾਰੀ ਤੇ ਕਾਂਗਰਸ ਪਾਰਟੀ ਨੇ ਨਿਭਾ ਰਹੀ ਜਿਹੜੀ ਪ੍ਰਿੰਸੀਪਲ ਓਪੋਜੀਸ਼ਨ ਪਾਰਟੀ ਆ, ਸ਼੍ਰੋਮਣੀ ਅਕਾਲੀ ਦਲ ਨੀ ਨਿਭਾ ਰਿਹਾ, ਬੀਜੇਪੀ ਨੀ ਨਿਭਾ ਰਿਹਾ, ਹਾਲਾਂਕਿ ਉਹਨਾਂ ਦੀਆਂ ਅੱਖਾਂ ਖੁੱਲੀਆਂ ਹੋਣੀਆਂ ਚਾਹੀਦੀਆਂ ਨੇ, ਉਹਨਾਂ ਦੇ ਕੰਨ ਖੁੱਲੇ ਹੋਣੇ ਚਾਹੀਦੇ, ਲੇਕਿਨ ਓਪੋਜੀਸ਼ਨ ਪਾਰਟੀਆਂ ਦੀ ਅੱਖਾਂ ਵੀ ਬੰਦ ਨੇ ਤੇ ਕੰਨ ਵੀ ਬੰਦ ਨੇ। ਇਹ ਜਿਹੜੀਆਂ ਸਰਕਾਰਾਂ ਦੀਆਂ ਐਡ ਚੱਲਦੀਆਂ ਨੇ, ਜਿੱਥੇ ਜਿੱਥੇ ਚੱਲਦੀਆਂ, ਇਹ ਨਜ਼ਰ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ, ਲੀਡਰਾਂ ਨੂੰ, ਅਕਾਲੀ ਦਲ ਦੇ ਵਰਕਰਾਂ ਦੇ ਲੀਡਰਾਂ ਨੂੰ, ਬੀਜੇਪੀ ਦੇ ਵਰਕਰਾਂ ਦੇ ਲੀਡਰਾਂ ਨੂੰ ਰੱਖਣੀ ਚਾਹੀਦੀ ਸੀ, ਕਿਉਂਕਿ ਬਾਕੀ ਪਾਰਟੀਆਂ ਦੇ ਲੀਡਰ ਵੀ ਤਾਂ ਫਿਲਮ ਦੇਖਣ ਜਾਂਦੇ ਹੋਣਗੇ, ਉਹਨਾਂ ਦੀ ਨਜ਼ਰ ਨਹੀਂ ਪਈ ਸ਼ਾਇਦ ਪੰਜਾਬ ਸਰਕਾਰ ਦੀ ਮਸ਼ਹੂਰੀ ਚੱਲੀ ਜਾ ਰਹੀ ਹੈ ਚੋਣ ਜ਼ਾਬਤੇ ਦੇ ਦੌਰਾਨ। ਮੈਂ ਉਹੀ ਕਹਿ ਰਿਹਾ ਸੰਦੀਪ ਕਿ ਇਹ ਜਿਹੜਾ ਮਸਲਾ ਤੇ ਓਪੋਜੀਸ਼ਨ ਪਾਰਟੀਆਂ ਨੂੰ ਉਠਾਉਣਾ ਚਾਹੀਦਾ ਸੀ, ਨਾ ਕਿ ਮਾਨਕ ਗੋਇਲ ਸਾਹਿਬ ਨੇ। ਚਲੋ ਮਾਨਕ ਗੋਇਲ ਨੇ ਠਾ ਤਾਂ ਚੰਗੀ ਗੱਲ, ਇੱਕ ਪੰਜਾਬੀ ਹੋਣ ਦੇ ਨਾਤੇ ਸਾਰਿਆਂ ਦਾ ਫਰਜ਼ ਬਣਦਾ ਹੈਗਾ, ਜੇ ਦੇਸ਼ ਦਾ ਨਾਗਰਿਕ ਉਹ ਕੋਈ ਸਹੀ ਜ਼ਿੰਮੇਵਾਰੀ ਨਿਭਾ ਰਹੀ ਤੇ ਆਪਾਂ ਨੂੰ ਕਦਰ ਕਰਨੀ ਚਾਹੀਦੀ ਹੈ ਉਹਨਾਂ ਦੀ। ਹੁਣ ਸਵਾਲ ਇਸ ਮਸਲੇ ਦੇ ਵਿੱਚ, ਜਿਹੜਾ ਚੋਣ ਕਮਿਸ਼ਨ ਨੇ ਫੈਸਲਾ ਲਿਆ, ਪਰਚਾ ਦਰਜ ਕਰ ਦਿੱਤਾ ਹੈਗਾ, ਇਹਦੇ ਚ ਜਿਹੜੀ ਜ਼ਿੰਮੇਵਾਰੀ ਹੈ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਨੂੰ ਤਲਬ ਕਰਨਾ ਚਾਹੀਦਾ ਸੀ ਚੋਣ ਕਮਿਸ਼ਨ ਨੂੰ, ਕਿ ਇਹ ਜਿਹੜਾ ਤੁਹਾਡੀ ਜਿਹੜੀ ਐਡ ਚੱਲਦੀ ਆ, ਸਾਨੂੰ ਉਹਦੇ ਆਰ ਓ ਦੱਸੇ ਜਾਣ ਕਿ ਕਿੰਨੀ ਤਰੀਕ ਤੋਂ ਇਸ਼ੂ ਕੀਤੇ ਗਏ ਨੇ, ਉਸ ਤੋਂ ਬਾਅਦ ਕੀ ਤੁਸੀਂ ਜਿੱਥੇ ਜਿੱਥੇ ਐਡ ਚੱਲ ਰਹੀ ਸੀ ਜਾਂ ਚੈਨਲ ਸੀ ਜਾਂ ਬਾਕੀ ਜਿਹੜੇ ਮੀਡੀਅਮ ਸੀ, ਕੀ ਉਹਨਾਂ ਨੂੰ ਚਿੱਠੀ ਕੱਢ ਦਿੱਤੀ ਸੀ ਕਿ ਐਡ ਇੰਨੀ ਤਰੀਕ ਤੱਕ ਹੀ ਚੱਲੂਗੀ, ਕਿਉਂਕਿ ਜਦੋਂ ਦਾ ਕੋਡ ਆਫ ਕੰਡਕਟ ਲੱਗਾ ਉਸ ਤੋਂ ਬਾਅਦ ਐਡ ਨਹੀਂ ਚੱਲ ਸਕਦੀ ਸੀ। ਡਿਪਾਰਟਮੈਂਟ ਦੇ ਸੈਕਟਰੀ ਨੂੰ ਤੇ ਜ਼ਿਲ੍ਹਾ ਪਟਿਆਲਾ ਦੇ ਡੀਸੀ ਨੂੰ ਕਹਿੰਦੇ ਤਲਬ ਵੀ ਕੀਤਾ ਗਿਆ, ਪਰ ਉੱਥੇ ਜਿਹੜੇ ਜਵਾਬ ਆਏ ਆ ਸਾਨੂੰ ਪਤਾ ਲੱਗਿਆ, ਜਵਾਬ ਕਹਿੰਦੇ ਇਹ ਦੇ ਦਿੱਤਾ ਗਿਆ ਮਹਿਕਮੇ ਵੱਲੋਂ ਕਿ ਅਸੀਂ ਤੇ ਪਹਿਲਾਂ ਦੀ ਐਡ ਦਿੱਤੀ ਹੋਈ ਹੈ, ਹੁਣ ਨਹੀਂ ਐਡ ਦਿੱਤੀ। ਨਹੀਂ, ਉਹ ਐਡ ਦਿੱਤੀ ਸਰਕਾਰ ਫਿਰ ਲਾਜ਼ਮੀ ਤੌਰ ਤੇ ਡਿਪਟੀ ਕਮਿਸ਼ਨਰ ਪਟਿਆਲਾ ਨੇ ਉਹ ਚਿੱਠੀਆਂ ਦਿੱਤੀਆਂ ਹੋਣੀਆਂ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੀਆਂ, ਕਿਉਂਕਿ ਜਿੰਨੀ ਵੀ ਐਡ ਸਰਕਾਰ ਦੀ ਚੱਲਦੀ ਉਹਦੀ ਜਿਹੜੀ ਜ਼ਿੰਮੇਵਾਰੀ ਔਰ ਪੰਜਾਬ ਦਾ ਲੋਕ ਸੰਪਰਕ ਵਿਭਾਗ ਆ, ਉਸ ਲੋਕ ਸੰਪਰਕ ਵਿਭਾਗ ਦੇ ਜਿਹੜੇ ਸਕੱਤਰ ਦੀ ਜ਼ਿੰਮੇਵਾਰੀ ਆ, ਮੰਤਰੀ ਦੀ ਜ਼ਿੰਮੇਵਾਰੀ ਆ, ਡਾਇਰੈਕਟਰ ਦੀ ਜ਼ਿੰਮੇਵਾਰੀ ਆ, ਉਹ ਚੋਣ ਕਮਿਸ਼ਨ ਨੂੰ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਨੂੰ ਵੀ ਪਾਰਟੀ ਬਣਾਉਣਾ ਚਾਹੀਦਾ ਸੀ, ਪਤਾ ਲੱਗ ਜਾਣਾ ਚਾਹੀਦਾ ਸੀ ਕਿ ਜਿਹੜੀ ਇਹ ਐਡ ਆ ਕਦੋਂ ਰਿਲੀਜ਼ ਕੀਤੀ ਗਈ ਤੇ ਕਦੋਂ ਤੱਕ ਇਹ ਬੰਦ ਹੋਣੀ ਚਾਹੀਦੀ। ਚਲੋ ਫਿਰ ਵੀ ਚੋਣ ਕਮਿਸ਼ਨ ਨੇ ਅਗਰ ਪਰਚਾ ਦਰਜ ਕਰ ਦਿੱਤਾ ਤੇ ਚੰਗੀ ਗੱਲ ਆ, ਪਰ ਇਹਦੇ ਚ ਸਰਕਾਰ ਦੇ ਮਹਿਕਮੇ ਨੂੰ ਸੁਰਖਰੂ ਨਹੀਂ ਕੀਤਾ ਜਾ ਸਕਦਾ, ਉਹਨਾਂ ਨੂੰ ਪੁੱਛਣਾ ਚਾਹੀਦਾ ਸੀ। ਪਰ ਹੁਣ ਜਦੋਂ ਡਿਪਾਰਟਮੈਂਟ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਬਾਅਦ ਸੰਬੰਧਿਤ ਸਿਨੇਮੇ ਵਾਲੇ ਤੇ ਪਰਚਾ ਦਰਜ ਹੋ ਗਿਆ ਤੇ ਉਹ ਵੀ ਹੁਣ ਕੋਈ ਨਾ ਕੋਈ ਕਾਗਜ਼ ਪੱਤਰ ਦੇ ਉਹਨੂੰ ਦਿਖਾਉਣੇ ਪੈਣਗੇ ਕਿ ਕਦੋਂ ਤੱਕ ਐਡ ਦਿਖਾਈ ਜਾਣੀ ਚਾਹੀਦੀ ਤੇ ਤੁਸੀਂ ਉਸ ਤੋਂ ਬਾਅਦ ਕਿਉਂ ਦਿਖਾਉਂਦੇ ਰਹੇ ਨੇ। ਇਹਦੇ ਆਦਰਸ਼ ਚੋਣ ਜ਼ਾਬਤਾ ਦੀ ਲੰਘਣਾ ਹੋਈ ਆ, ਔਰ ਜਿਹੜਾ ਵੀ ਚੋਣ ਜ਼ਾਬਤੇ ਦੀ ਲੰਘਣਾ ਕਰੂਗਾ ਲਾਜ਼ਮੀ ਤੌਰ ਤੇ ਉੱਤੇ ਮੁਕੱਦਮਾ ਦਰਜ ਹੋਊਗਾ। ਸਰਕਾਰ ਤੇ ਕਹੇਗੀ ਕਿ ਅਸੀਂ ਚਿੱਠੀ ਕੱਢ ਦਿੱਤੀ ਗਈ ਹੈ, ਪਰ ਉਹ ਚਿੱਠੀ ਸਰਕਾਰ ਨੂੰ ਜਨਤਕ ਕਰਨੀ ਚਾਹੀਦੀ ਸੀ ਕਿ ਇਹ ਜਿਹੜੀ ਐਡ ਚੱਲੀ ਹੈ ਸਿਨੇਮਿਆਂ ਦੇ ਵਿੱਚ ਇਹ ਕਦੋਂ ਤੋਂ ਲੈ ਕੇ ਕਦੋਂ ਤੱਕ ਚੱਲੀ ਗਈ ਹੈ। ਇਹ ਇਸ ਮਸਲੇ ਦੇ ਵਿੱਚ ਚੋਣ ਕਮਿਸ਼ਨ ਨੂੰ ਜਿਹੜੀ ਸ਼ਿਕਾਇਤ ਦਿੱਤੀ ਗਈ, ਲੱਗਦਾ ਹੈ ਕਿ ਚੋਣ ਕਮਿਸ਼ਨ ਨੂੰ ਇਹਦੇ ਚ ਪ੍ਰੋਪਰ ਜਿਹੜੀ ਇਨਵੈਸਟੀਗੇਸ਼ਨ ਆ ਉਹ ਕਰਨੀ ਚਾਹੀਦੀ, ਜਿਹੜੀ ਲੱਗਦਾ ਕਿ ਨਹੀਂ ਹੋਊਗੀ, ਕਿਉਂਕਿ ਇਹਦੇ ਚ ਡਿਪਟੀ ਕਮਿਸ਼ਨਰ ਜਾਂ ਸਿਨੇਮੇ ਵਾਲਾ ਨੀ, ਇਹਦੇ ਚ ਤੇ ਸਰਕਾਰ ਵੀ ਪਾਰਟੀ ਹੋਣੀ ਚਾਹੀਦੀ ਸੀ, ਸਰਕਾਰ ਦਾ ਲੋਕ ਸੰਪਰਕ ਵਿਭਾਗ ਜ਼ਿੰਮੇਵਾਰ ਸੀ, ਉਹ ਪਾਰਟੀ ਬਣਨਾ ਚਾਹੀਦਾ, ਉਹਨਾਂ ਨੂੰ ਦੱਸਣਾ ਚਾਹੀਦਾ ਸੀ, ਉਹਨਾਂ ਨੂੰ ਪੁੱਛਣਾ ਚਾਹੀਦਾ ਸੀ ਕਿ ਇਹ ਜਿਹੜੀ ਐਡ ਚੱਲ ਰਹੀ ਕੀ ਸਿਰਫ ਪਟਿਆਲੇ ਚੱਲ ਰਹੀ ਕਿ ਬਾਕੀ ਥੀਏਟਰਾਂ ਦੇ ਵਿੱਚ ਵੀ ਚੱਲ ਰਹੀ ਹੈਗੀ ਆ। ਤੇ ਮੈਨੂੰ ਲੱਗਦਾ ਕਿ ਇਸ ਮਸਲੇ ਦੇ ਵਿੱਚ ਪੰਜਾਬ ਦੀਆਂ ਜਿਹੜੀਆਂ ਓਪੋਜੀਸ਼ਨ ਪਾਰਟੀਆਂ ਨੇ ਉਹ ਜ਼ਰੂਰ ਸੁੱਤੀਆਂ ਪਈਆਂ ਨੇ, ਉਹ ਆਪਣਾ ਫਰਜ਼ ਨਹੀਂ ਨਿਭਾ ਰਹੀਆਂ, ਔਰ ਦੂਜਾ ਪੰਜਾਬ ਦੇ ਵਿੱਚ ਆਰਜ਼ੀ ਤੌਰ ਤੇ ਵੱਡੇ ਵੱਡੇ ਅਫਸਰ ਲੱਗੇ ਨੇ ਸਿਵਲ ਮਹਿਕਮੇ ਚ ਵੀ, ਪੁਲਿਸ ਮਹਿਕਮੇ ਦੇ ਵਿੱਚ ਵੀ, ਇਲੈਕਸ਼ਨ ਕਮਿਸ਼ਨ ਨੂੰ ਗੁੰਮਰਾਹ ਕਰਕੇ ਡੰਮੀ
ਪੋਸਟਿੰਗ ਆਰਡਰ ਦਿਖਾਏ ਜਾ ਰਹੇ ਨੇ ਉਸ ਮਸਲੇ ਦੇ ਵਿੱਚ ਸ਼੍ਰੋਮਣੀ ਕਾਂਗਰਸ ਤੇ ਬਿਲਕੁਲ ਕੁੰਭਕਰਨੀ ਨੀਂਦ ਸੁੱਤੀ ਪਈ ਆ, ਬੀਜੇਪੀ ਸੁੱਤੀ ਪਈ ਆ, ਔਰ ਕਿਉਂਕਿ ਕਈ ਜਿਹੜੇ ਅਫਸਰ ਨੇ ਉਹ ਇਹਨਾਂ ਪੋਲੀਟੀਕਲ ਪਾਰਟੀਆਂ ਦੇ ਵੀ ਯਾਰ ਨੇ, ਇਸੇ ਕਰਕੇ ਉਹਨਾਂ ਅਫਸਰਾਂ ਦੀਆਂ ਜਿਹੜੇ ਨੇ ਨਾ ਸ਼੍ਰੋਮਣੀ ਅਕਾਲੀ ਦਲ ਨਾ ਕਾਂਗਰਸ ਪਾਰਟੀ ਨਾ ਬੀਜੇਪੀ ਸ਼ਿਕਾਇਤ ਕਰ ਰਹੀ ਹੈਗੇ, ਪਰ ਜਿੱਦਾਂ ਆਰ ਟੀ ਆਈ ਐਕਟਿਵਿਸਟ ਮਾਨਕ ਗੋਲ ਵਰਗੇ ਲੋਕ ਜਿਹੜੇ ਬਤੌਰ ਇੱਕ ਕਾਰਕੁਨ ਹੋਣ ਦੇ ਨਾਤੇ ਵੀ ਔਰ ਇੱਕ ਪੰਜਾਬੀ ਹੋਣ ਦੇ ਨਾਤੇ ਵੀ ਜਿੱਥੇ ਵੀ ਸਰਕਾਰਾਂ ਦੀਆਂ ਗਲਤੀਆਂ ਹੋ ਰਹੀਆਂ ਨੇ ਜਾਂ ਸਰਕਾਰ ਗੁੰਮਰਾਹ ਕਰ ਰਹੀ ਹੈ ਉਹਨੂੰ ਉਜਾਗਰ ਕਰ ਰਹੇ ਨੇ ਜੀ। ਤਾਂ ਇੱਕ ਤੀਜਾ ਮਸਲਾ ਹੋਰ ਬੜਾ ਮਹੱਤਵਪੂਰਨ ਇਸ ਕਰਕੇ ਹੈ ਕਿਉਂਕਿ 30-31 ਸਾਲ ਤੋਂ ਪਹਿਲਾਂ ਹੀ ਜਸਟਿਸ ਨਹੀਂ ਮਿਲਿਆ, ਡਿਲੇ ਹੀ ਡਿਲੇ ਹੋਈ ਗਿਆ, ਫਿਰ ਜਦੋਂ ਇੱਕ ਵਾਰੀ ਮਸਲਾ ਉੱਠਿਆ ਤਾਂ ਫਿਰ ਕਹਿੰਦੇ ਕਿ ਪੰਜਾਬ ਸਰਕਾਰ ਕੋਈ ਧਿਆਨ ਹੀ ਨਹੀਂ ਦੇ ਰਹੀ, ਸੁਹਿਰਦ ਹੀ ਨਹੀਂ ਜਾਪਦੀ। ਉਹ ਭਾਈ ਗੁਰਦੇਵ ਸਿੰਘ ਕੌਂਕੇ ਦਾ ਮਸਲਾ ਹੈ ਕਿ ਕਾਰਜਕਾਰੀ ਜਥੇਦਾਰ ਕਾਲਥਕ ਸਾਹਿਬ ਦੇ ਜਿਨ੍ਹਾਂ ਦੇ ਨਾਲ ਤਸ਼ੱਦਦ ਹੋਇਆ, ਜਗਰਾਉਂ ਥਾਣੇ ਫਿਰ ਪਰਿਵਾਰ ਪਹੁੰਚਦਾ, ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਪੁੱਤਰ ਨੇ ਇਹ ਕਿਹਾ ਕਿ ਪੁਲਿਸ ਨੇ ਗੁੰਮਰਾਹ ਵੀ ਬਹੁਤ ਕੀਤਾ, ਹਾਈਕੋਰਟ ਤੱਕ ਪਹੁੰਚ ਕੀਤੀ ਗਈ ਸੀ ਕਿ ਪੁਲਿਸ ਗੁੰਮਰਾਹ ਕਰਦੀ ਰਹੀ ਆ ਉਸ ਕੇਸ ਦੇ ਵਿੱਚ ਅਤੇ ਪਰਚਾ ਦਰਜ ਹੋਣਾ ਚਾਹੀਦਾ ਦੋਸ਼ੀ ਪੁਲਿਸ ਅਫਸਰਾਂ ਖਿਲਾਫ਼, ਪਰ ਹਾਲੇ ਤੱਕ ਜਗਰਾਉਂ ਥਾਣੇ ਦੇ ਨਾ ਤਾਂ ਥਾਣੇ ਤੋਂ ਕੋਈ ਖਬਰ ਆਈ ਹੈ ਅਤੇ ਨਾ ਹੀ ਕੋਈ ਕਿਸੇ ਨੂੰ ਪੁੱਛਗਿੱਛ ਦੇ ਲਈ ਸੱਦਿਆ ਗਿਆ, ਨਾ ਬਿਆਨ ਦਰਜ ਦੁਬਾਰਾ ਕਰਵਾਉਣ ਦੇ ਲਈ ਸੱਦਿਆ ਗਿਆ। ਤਾਂ ਇੱਕ ਵਾਰੀ ਫਿਰ ਇਹ ਮਸਲਾ ਉੱਠਦਾ ਦਿਖਾਈ ਦੇ ਰਿਹਾ। ਬਿਲਕੁਲ, ਸਭ ਤੋਂ ਵੱਡੀ ਗੱਲ ਇਹ ਕਿ ਇਹ ਜਿਹੜਾ ਭਾਈ ਗੁਰਦੇਵ ਸਿੰਘ ਕੌਂਕੇ ਸਾਹਿਬ ਦਾ ਜਿਹੜਾ ਮਸਲਾ ਆ ਇਹ ਉਦੋਂ ਮਸਲਾ ਉਜਾਗਰ ਆ ਜਦੋਂ ਸ਼੍ਰੋਮਣੀ ਅਕਾਲੀ ਦਲ ਫਿਰ ਥੋੜਾ ਜਿਹਾ ਉੱਠ ਰਿਹਾ ਸੀ, ਲੇਕਿਨ ਉਹ ਮਸਲਾ ਆ ਫਿਰ ਸ਼੍ਰੋਮਣੀ ਅਕਾਲੀ ਦਲ ਤੇ ਲੋਕਾਂ ਨੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਕਿ ਤੁਹਾਡੀ ਸਰਕਾਰ ਰਹੀ ਆ ਤੁਸੀਂ ਇਸ ਤੇ ਕੰਮ ਕਿਉਂ ਨਹੀਂ ਕੀਤਾ ਹੈਗਾ। ਫਿਰ ਅਕਾਲੀ ਦਲ ਖੜਾ ਮਸਲਾ ਉਠਾਉਂਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫਦ ਇਹਦੇ ਚ ਆਪਣੀ ਦਖਲਦਾਜੀ ਦਿੰਦੇ ਨੇ, ਅਕਾਲ ਤਖ਼ਤ ਸਾਹਿਬ ਦੇ ਜਥੇ ਦਾ ਹੁਕਮ ਆ ਜਾਂਦਾ ਹੈਗਾ। ਪਰ ਸਵਾਲ ਹੈ ਕਿ ਹੁਣ ਉਦੋਂ ਇਹ ਮਸਲਾ ਮੁੜ ਤੋਂ ਉਠਾਇਆ ਜਾ ਰਿਹਾ ਜਦੋਂ ਸੂਬੇ ਦੇ ਵਿੱਚ ਚੋਣ ਜ਼ਾਬਤਾ ਲਾਗੂ ਹੋ ਚੁੱਕਾ, ਇਹ ਪਹਿਲਾਂ ਕਿਉਂ ਨਹੀਂ ਉਠਾਇਆ ਗਿਆ? ਇਸ ਮਸਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਜਿਹੜਾ ਫਰਜ਼ ਉਹ ਪ੍ਰੋਪਰ ਜ਼ਿੰਮੇਵਾਰੀ ਨਹੀਂ ਨਿਭਾਈ ਹੈਗੀ। ਹੁਣ ਇਹ ਇਸ ਕਰਕੇ ਮਸਲਾ ਉਠਾਇਆ ਗਿਆ ਕਿ ਨਾ ਤੇ ਚੋਣ ਜ਼ਾਬਤੇ ਦੇ ਦੌਰਾਨ ਕੋਈ ਪਰਚਾ ਦਰਜ ਹੋਣਾ, ਨਾ ਇਨਵੈਸਟੀਗੇਸ਼ਨ ਹੋਣੀ, ਉਹ ਤਾਂ ਸਾਰਾ ਇਲੈਕਸ਼ਨ ਕਮਿਸ਼ਨ ਦੇਖ ਰਿਹਾ ਹੈਗਾ। ਇਸ ਮਸਲੇ ਦੇ ਵਿੱਚ ਸਰਕਾਰ ਨੂੰ ਘੇਰਨਾ ਐਡਾ ਸੌਖਾ ਨਹੀਂ ਹੈਗਾ, ਸਰਕਾਰ ਦੇ ਕਿਉਂਕਿ ਜੇ ਚੋਣ ਕਮਿਸ਼ਨ ਹਦਾਇਤਾਂ ਉੱਧਰੋਂ ਹੋਣਗੀਆਂ, ਪਰ ਕਿਉਂਕਿ ਇੱਕ ਪੁਰਾਣਾ ਬਹੁਤ ਜ਼ਿਆਦਾ ਮਸਲਾ, ਬਹੁਤ ਜ਼ਿਆਦਾ ਨਾਜ਼ੁਕ ਮਸਲਾ ਹੈਗਾ, ਜਿਹਨਾਂ ਦੀ ਜ਼ਿੰਮੇਵਾਰੀ ਬਣਦੀ ਉਹਨਾਂ ਨੇ ਪ੍ਰੋਪਰ ਨਿਭਾਈ ਨਹੀਂ। ਔਰ ਅੱਜ ਵੀ ਅਗਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਭਾਈ ਕੌਂਕੇ ਨੂੰ ਜੇ ਅਗਰ ਇਨਸਾਫ ਦਵਾਉਣਾ ਚਾਹੁੰਦੇ ਸੀ, ਇੱਕ ਤੇ ਉਹਨਾਂ ਹੱਥੋਂ ਵੇਲਾ ਨਿਕਲ ਚੁੱਕਾ ਮੰਨਿਆ, ਕੇਵਲੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਦਾ ਹੁੰਦਾ, ਪਰ ਜੇ ਹੁਣ ਤੁਸੀਂ ਇਹਨੂੰ ਇੱਕ ਲਹਿਰ ਦੇ ਤਰ੍ਹਾਂ ਬਣਾਉਂਦੇ, ਇੱਕ ਮੂਵਮੈਂਟ ਖੜੀ ਕਰਦੇ ਹੈਗੇ, ਤੇ ਹੋ ਸਕਦਾ ਸੀ ਕਿ ਉਹਨਾਂ ਨੂੰ ਇਨਸਾਫ਼ ਮਿਲ ਸਕਦਾ। ਪਰ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕੋ ਜਮਾਤ ਆ, ਇਹ ਆਪਣੀ ਸਿਆਸਤ ਕਰਦੀਆਂ ਹੈਗੀਆਂ ਨੇ, ਹੁਣ ਇਹ ਮਸਲਾ ਦੁਬਾਰਾ ਉੱਠਿਆ, ਹੁਣ ਇਹ ਜਿਹੜਾ ਮਸਲਾ ਦੁਬਾਰਾ ਉੱਠਿਆ ਕਿ ਪੀੜਤ ਪਰਿਵਾਰ ਦੀ ਸਟੇਟਮੈਂਟ ਕਿਉਂ ਨਹੀਂ ਲਈ? ਹੁਣ ਐਡਾ ਪੁਰਾਣਾ ਕੇਸ ਹੋ ਚੁੱਕਾ, ਇਸ ਮਸਲੇ ਦੇ ਵਿੱਚ ਇਨਵੈਸਟੀਗੇਸ਼ਨ ਪਹਿਲਾਂ ਹੀ ਹੋ ਚੁੱਕੀ ਆ, ਹੁਣ ਹਾਲਾਤ ਬਦਲ ਗਏ ਨੇ, ਗਵਾਹ ਜਿਹੜੇ ਨੇ ਕਈ ਇਹਦੇ ਚ ਮਰ ਗਏ ਹੋਣਗੇ, ਕਈ ਸਵਰਗ ਸੁਧਾਰ ਗਏ ਹੋਣਗੇ, ਕਈ ਮੁਕਰ ਵੀ ਗਏ ਹੋਣਗੇ। ਹੁਣ ਮੁੜ ਤੋਂ ਜਿਹੜੀ ਜਾਂਚ ਇਹਦੀ, ਅਗਰ ਹਾਈ ਕੋਰਟ ਹੀ, ਕਿਉਂਕਿ ਸਰਕਾਰਾਂ ਤੇ ਭਰੋਸਾ ਤੇ ਅਕਾਲੀ ਦਲ ਤੇ ਕਹੂਗਾ ਕਿ ਅਸੀਂ ਇਹ ਮੌਜੂਦਾ ਸਰਕਾਰ ਤੇ ਭਰੋਸਾ ਨਹੀਂ ਕਰਦੇ, ਪਰ ਅਕਾਲੀ ਦਲ ਤੇ ਵੀ ਜਦੋਂ ਲੋਕਾਂ ਨੂੰ ਭਰੋਸਾ ਕਰਨਾ ਚਾਹੀਦਾ ਸੀ, ਅਕਾਲੀ ਦਲ ਨੇ ਉਦੋਂ ਫਰਜ਼ ਨਹੀਂ ਨਿਭਾਇਆ। ਹੁਣ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਹੀ ਕਿਸੇ ਰਿਟਾਇਰਡ ਜੱਜ ਦੇ ਅਗਵਾਈ ਹੇਠ ਕੋਈ ਕਮਿਸ਼ਨ ਬਣਾ ਦੇ, ਕੋਈ ਜਾਂਚ ਕਮਿਸ਼ਨ ਬਣਾ ਲੇ,
ਉਦੋਂ ਇਨਸਾਫ ਮਿਲਣ ਦੀ ਆਸ ਹੋ ਸਕਦੀ ਆ, ਨਹੀਂ ਤੇ ਨਹੀਂ ਹੋ ਸਕਦੀ। ਪਰ ਇਹ ਹੁਣ ਸਵਾਲ ਹੈ ਕਿ ਅਚਾਨਕ ਉਦੋਂ ਇਹ ਮੁੱਦਾ ਖੜਾ ਕੀਤਾ ਗਿਆ ਜਦੋਂ ਸਿਰ ਤੇ ਬਿਲਕੁਲ ਲੋਕ ਸਭਾ ਚੋਣ ਆ ਚੁੱਕੀਆਂ ਨੇ, ਉਮੀਦਵਾਰ ਦਾ ਜਿਹੜਾ ਐਲਾਨ ਕੀਤਾ ਜਾ ਚੁੱਕਾ, ਪ੍ਰਚਾਰ ਜਿਹੜਾ ਪੂਰੀ ਤਰ੍ਹਾਂ ਭੱਖ ਚੁੱਕਾ ਜੀ। ਤਾਂ ਇਸ ਦੇ ਨਾਲ ਹੀ ਇੱਕ ਆਖਰੀ ਮੁੱਦੇ ਦੇ ਉੱਤੇ ਹੋਰ ਗੱਲ ਕਰ ਲਈਏ, ਕਿਉਂਕਿ ਉਸ ਦੇ ਉੱਤੇ ਗੱਲ ਕਰਨੀ ਤਾਂ ਜ਼ਰੂਰੀ ਹੈ, ਉਸਦਾ ਅਸਰ ਸਿੱਧਾ ਪੰਜਾਬ ਦੀ ਸਿਆਸਤ ਦੇ ਉੱਤੇ ਪੈ ਰਿਹਾ। ਉਹ ਅਰਵਿੰਦ ਕੇਜਰੀਵਾਲ ਦੀ ਦਿੱਲੀ ਹਾਈ ਕੋਰਟ ਦੇ ਵਿੱਚ ਜਿਹੜੀਆਂ ਲਾਈਆਂ ਜਾਂਦੀਆਂ ਅਰਜ਼ੀਆਂ ਨੂੰ ਜਿਹੜਾ ਜਵਾਬ ਮਿਲ ਗਿਆ, ਇਹ ਕਹਿ ਲਈਏ ਕਿ ਬੂਰ ਨਹੀਂ ਪਿਆ, ਉਹਨਾਂ ਦੀ ਜਿਹੜੀ ਆਸ ਉਮੀਦ ਦੇ ਉੱਤੇ ਪਾਣੀ ਫਿਰਦਾ ਦਿਖਾਈ ਦੇ ਰਿਹਾ। ਦੂਜੇ ਪਾਸੇ ਸੰਜੇ ਸਿੰਘ MP ਦੀ ਜਦੋਂ ਦੇ ਬਾਹਰ ਆਏ ਨੇ, ਉਹਨਾਂ ਦੀਆਂ ਸਰਗਰਮੀਆਂ ਹੋਰ ਤੇਜ਼ ਹੋ ਗਈਆਂ, ਅਤੇ ਅੱਜ ਤੇ ਉਹਨਾਂ ਨੇ ਮਿਲਣੀ ਵੀ ਇੱਕ ਵੱਖਰੇ ਜਿਹੇ ਢੰਗ ਨਾਲ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਹੈ। ਕੀ ਸੰਕੇਤ ਦੇ ਰਹੀ ਹੈ ਰਾਜਨੀਤੀ ਆਮ ਆਦਮੀ ਪਾਰਟੀ ਦੀ? ਦੇਖੋ, ਦਿੱਲੀ ਹਾਈ ਕੋਰਟ ਤੋਂ ਤੇ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨੂੰ ਬਹੁਤ ਝਟਕਾ ਲੱਗਾ, ਕਿਉਂਕਿ ਹਾਈ ਕੋਰਟ ਨੇ ਤੇ ਇਹ ਕਹਿ ਦਿੱਤਾ ਕਿ ED ਦੀ ਜਿਹੜੀ ਇਨਵੈਸਟੀਗੇਸ਼ਨ ਹੈ ਸਹੀ ਜਾ ਰਹੀ ਹੈ, ਤੇ ਮਤਲਬ ਜਿਹੜਾ ਸ਼ਰਾਬ ਘੁਟਾਲਾ ਹੋਇਆ ਉਹ ਝਟਕਾ ਅਰਵਿੰਦ ਕੇਜਰੀਵਾਲ ਵਾਸਤੇ ਬਹੁਤ ਵੱਡਾ ਹੈਗਾ। ਹੁਣ ਕੀ ਅਰਵਿੰਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਡਬਲ ਬੈਂਚ ਕੋਲ ਜਾਣਗੇ ਜਾਂ ਫਿਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਗੇ? ਕਿਉਂਕਿ ਹੁਣ ਸੁਪਰੀਮ ਕੋਰਟ ਹੀ ਜਾਣਾ ਪਊਗਾ ਇਸ ਮਸਲੇ ਦੇ ਵਿੱਚ, ਕਿਉਂਕਿ ਹਾਈ ਕੋਰਟ ਵੱਲੋਂ ਜਿਹੜਾ ਝਟਕਾ ਮਿਲਿਆ ਔਰ ਹਾਈ ਕੋਰਟ ਨੇ ED ਦੀ ਜਿਹੜੀ ਇਨਵੈਸਟੀਗੇਸ਼ਨ ਤੇ ਮੋਹਰ ਲਗਾ ਦਿੱਤੀ ਹੈਗੀ ਆ ਕਿ ਜੋ ਕੁਝ ED ਨੇ ਕਿਹਾ ਸੀ ਇਹਦਾ ਮਤਲਬ ਆ ਕਿ ਜੇ ਅਰਵਿੰਦ ਕੇਜਰੀਵਾਲ ਨੂੰ ਨਹੀਂ ਰਿਲੀਫ ਮਿਲੀ, ਇਹਦਾ ਮਤਲਬ ਆ ਕਿ ED ਦੀ ਜਿਹੜਾ ਐਕਸ਼ਨ ਆ, ED ਦੀ ਜਿਹੜੀ ਇਨਵੈਸਟੀਗੇਸ਼ਨ ਆ, ਉਹ ਸਹੀ ਜਾ ਰਹੀ ਹੈਗੀ ਆ ਕਿ ਘਪਲਾ ਹੋਇਆ ਵਾ, ਕਿਉਂਕਿ ਆਮ ਆਦਮੀ ਪਾਰਟੀ ਨੇ ਗੋਆ ਦੇ ਵਿੱਚ ਉਹ ਜਿਹੜੇ ਪੈਸੇ ਨੇ ਟ੍ਰੇਲ ਹੋਏ ਨੇ। ਆਮ ਆਦਮੀ ਪਾਰਟੀ ਦੇ ਕਨਵੀਨਰ ਕੌਣ ਨੇ? ਉਹ ਅਰਵਿੰਦ ਕੇਜਰੀਵਾਲ ਨੇ। ਇਹ ਤੇ ਬਹੁਤ ਵੱਡਾ ਝਟਕਾ ਅਰਵਿੰਦ ਕੇਜਰੀਵਾਲ ਵਾਸਤੇ ਔਰ ਆਮ ਆਦਮੀ ਪਾਰਟੀ ਵਾਸਤੇ। ਹਾਲਾਂਕਿ ਬੀਤੇ ਦਿਨ ਹੀ ਇਹਨਾਂ ਨੇ ਭੁੱਖ ਹੜਤਾਲ ਰੱਖੀ ਆ, ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ। ਪੰਜਾਬ ਦੀਆਂ ਓਪੋਜੀਸ਼ਨ ਪਾਰਟੀਆਂ ਕਹਿੰਦੀਆਂ ਕਿ ਡਰਾਮਾ ਵਾ, ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਨੂੰ ਜਿਹੜੀ ਉਹ ਯਾਦਗਾਰ, ਇਸ ਕੰਮ ਵਾਸਤੇ ਆਮ ਆਦਮੀ ਪਾਰਟੀ ਨੂੰ ਨਹੀਂ ਵਰਤਣੀ ਚਾਹੀਦੀ ਸੀ। ਇਹ ਤਸਵੀਰਾਂ ਵਾਇਰਲ ਹੋਇਆ ਕਿ ਕਈ ਲੰਗਰ ਛਕਦੇ ਰਹੇ ਇਸ ਦੌਰਾਨ, ਜਿਹੜੀ ਆ ਉਹ ਵੰਨਸੁਵੰਨੀਆਂ ਗੱਲਾਂ ਹੋਈਆਂ, ਉਹਦਾ ਜਵਾਬ ਤੇ ਹਲੇ ਆਮ ਆਦਮੀ ਪਾਰਟੀ ਨੇ ਨਹੀਂ ਦਿੱਤਾ ਹੈਗਾ। ਪਰ ਹੁਣ ਦੂਜੇ ਪਾਸੇ ਜਿਹੜਾ ਨਵਾਂ ਆਮ ਆਦਮੀ ਪਾਰਟੀ ਦਾ ਇੱਕ ਚਿਹਰਾ ਉੱਭਰਿਆ, ਸੰਜੇ ਸਿੰਘ ਵੀ 6 ਮਹੀਨੇ ਜੇਲ੍ਹ ਦੇ ਵਿੱਚ ਲਾਏ ਹੋਏ, ਪਰ ਜਿਵੇਂ ਉਹਨਾਂ ਦੀਆਂ ਵੱਖ ਵੱਖ ਚੈਨਲਾਂ ਦੇ ਵਿੱਚ ਇੰਟਰਵਿਊਜ਼ ਕਰਵਾਈਆਂ ਜਾ ਰਹੀਆਂ ਨੇ, ਫਿਰ ਉਹ ਮਨੀਸ਼ ਸਿਸੋਦੀਆ ਦੇ ਪਰਿਵਾਰ ਨੂੰ ਜਾ ਕੇ ਮਿਲਦੇ ਨੇ, ਫਿਰ ਅਰਵਿੰਦ ਕੇਜਰੀਵਾਲ ਦੇ ਪਰਿਵਾਰ ਨੂੰ ਜਾ ਕੇ ਮਿਲਦੇ ਨੇ, ਅੱਜ ਉਹ ਭਗਵੰਤ ਮਾਨ ਸਾਹਿਬ ਨੂੰ ਆ ਕੇ ਮਿਲਦੇ, ਤੇ ਕਿਵੇਂ ਭਗਵੰਤ ਮਾਨ ਸਾਹਿਬ ਜੱਫੀ ਪਾ ਕੇ ਮਿਲਦੇ ਨੇ, ਫਿਰ ਸੰਜੇ ਸਿੰਘ ਉਹਨਾਂ ਨੂੰ ਚੁੱਕ ਲੈਂਦੇ ਹੈਗੇ ਨੇ ਨਾ, ਪਿਆਰ ਦੇ ਨਾਲ, ਆਦਰ ਦੇ ਨਾਲ, ਮਾਣ ਦੇ ਨਾਲ, ਸਤਿਕਾਰ ਦੇ ਨਾਲ। ਹੁਣ ਕੀ ਹੈ ਕਿ ਕੇਜਰੀਵਾਲ ਜੇਲ੍ਹ ਦੇ ਵਿੱਚ ਰਹਿਣਗੇ, ਕੀ ਜਿਹੜੀ ਸੰਜੇ ਸਿੰਘ ਦੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਦੀ ਉਹਨਾਂ ਨੂੰ ਜ਼ਮਾਨਤ ਮਿਲੀ ਆ, ਜਿਹੜੀ ਉਹਨਾਂ ਦੀ ਕਾਰਵਾਈ ਦੇਖਣ ਨੂੰ ਮਿਲ ਰਹੀ ਆ, ਰੋਜ਼ ਕੋਈ ਨਾ ਕੋਈ ਉਹ ਮੰਚ ਤੋਂ ਬੋਲ ਰਹੇ ਹੁੰਦੇ, ਕੋਈ ਨਾ ਕੋਈ ਉਹ ਪ੍ਰੈਸ ਕਾਨਫਰੰਸ ਕਰ ਰਹੇ ਹੁੰਦੇ, ਕੋਈ ਨਾ ਕੋਈ ਉਹਨਾਂ ਦੇ ਇੰਟਰਵਿਊ ਚੱਲ ਰਹੀ ਹੁੰਦੀ ਆ, ਕੀ ਆਮ ਆਦਮੀ ਪਾਰਟੀ ਵਾਸਤੇ ਜਿਹੜਾ ਕੌਮੀ ਕਨਵੀਨਰ ਦਾ ਕੀ ਇੱਕ ਨਵਾਂ ਚਿਹਰਾ ਮਿਲ ਗਿਆ ਹੈਗਾ? ਕੀ ਇਹ ਹੋ ਸਕਦਾ ਕਿ ਜੇ ਅਰਵਿੰਦ ਕੇਜਰੀਵਾਲ ਨੂੰ ਰਿਲੀਫ ਨਹੀਂ ਅਗਲੇ ਹੁਕਮਾਂ ਤੱਕ ਮਿਲਦੀ, ਕੀ ਫਿਰ ਸੰਜੇ ਸਿੰਘ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ, ਕਾਰਜਕਾਰੀ ਕੌਮੀ ਕਨਵੀਨਰ ਬਣ ਸਕਦੇ ਨੇ, ਤੇ ਕੀ ਸੁਨੀਤਾ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਬਣ ਸਕਦੇ ਨੇ? ਇਹ ਚਰਚਾ ਸ਼ੁਰੂ ਹੋ ਗਈ। ਔਰ ਸੰਜੇ ਸਿੰਘ ਕਿਉਂਕਿ ਇੱਕ ਬੜਾ ਪੋਲੀਟੀਕਲ ਤੌਰ ਤੇ ਇੱਕ ਬੜੀ ਉਹਦੀ ਆਪਣੀ ਇੱਕ ਥੋਟ ਆ, ਉਹਦਾ ਕਲੀਅਰ ਆ, ਜੱਡਾ ਬੜਾ ਕਲੀਅਰ ਆ ਔਰ ਬੜਾ ਸਟੇਟ ਫਾਰਵਰਡ ਲੀਡਰ ਆ, ਤੇ ਮੈਨੂੰ ਲੱਗਦਾ ਕਿ ਉਹ ਅਰਵਿੰਦ ਕੇਜਰੀਵਾਲ ਤੋਂ ਬਾਅਦ, ਕਿਉਂਕਿ ਪਾਰਟੀ ਕੋਲ ਇੱਕ ਖੱਪਾ ਅੱਜ ਸੀ, ਕਿਉਂਕਿ ਸਤਿੰਦਰ ਜੈਨ ਜੇਲ੍ਹ ਦੇ ਵਿੱਚ, ਮਨੀਸ਼ ਸਿਸੋਦੀਆ ਜੇਲ੍ਹ ਦੇ ਵਿੱਚ, ਰਾਜੀਵ ਜੱਡਾ ਲੰਡਨ ਤੋਂ ਨਹੀਂ ਆ ਰਹੇ, ਕਿਉਂਕਿ ਉਹਨਾਂ ਦਾ ਕਹਿੰਦੇ ਉੱਥੇ ਇਲਾਜ ਚੱਲ ਰਿਹਾ ਹੈਗਾ,
ਪੰਜਾਬ ਦੇ 5 ਜਿਹੜੇ MP ਨੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਮਸਲੇ 'ਚ ਕੋਈ ਸਟੇਟਮੈਂਟ ਨਹੀਂ ਦਿੱਤੀ, ਚਾਹੇ ਉਹਦੇ ਜਲੰਧਰ ਯੂਨੀਵਰਸਿਟੀ ਵਾਲਾ ਮਾਲਕ ਹੋਵੇ, ਚਾਹੇ ਲੁਧਿਆਣੇ ਦਾ ਬਿਜ਼ਨਸਮੈਨ ਹੋਵੇ, ਚਾਹੇ ਸਾਨੀ ਸਾਹਿਬ ਹੋਣ, ਚਾਹੇ ਬਾਬਾ ਸੀਚੇਵਾਲ ਹੋਣ, ਇਹ ਤੇ ਚੁੱਪ ਕਰਕੇ ਬੈਠ ਕੇ ਪੰਜਵਾਂ ਹਰਭਜਨ ਸਿੰਘ ਹੋ ਗਿਆ, ਇਹ ਤੇ ਬੋਲੇ ਨਹੀਂ ਹੈਗੇ। ਪਤਾ ਨਹੀਂ, ਇਹ ਤਾਂ ਅੰਬ ਸਾਹਿਬ ਗੁਰਦੁਆਰੇ ਜਿਹੜਾ ਇੱਕ ਪ੍ਰੋਟੈਸਟ ਹੋਇਆ ਸੀ ਉੱਥੇ ਵੀ ਨਜ਼ਰ ਨਹੀਂ ਆਏ ਤੇ ਨਾ ਹੀ ਖਟਕੜਕਲਾਂ ਵਾਲੇ ਪ੍ਰੋਟੈਸਟ 'ਚ ਨਜ਼ਰ ਆਏ। ਬਣਾਇਆ ਜਾ ਰਿਹਾ ਕਿ ਸੰਜੇ ਸਿੰਘ ਇੱਕ ਨਵਾਂ ਵਿਕਲਪ ਹੋ ਸਕਦਾ ਆਮ ਆਦਮੀ ਪਾਰਟੀ ਦਾ, ਹਾਲਾਂਕਿ ਜਿਹੜੀ ਜਦੋਂ ਉਹਨਾਂ ਨੂੰ ਰਿਲੀਫ ਦਿੱਤੀ ਗਈ ਹੈ ਹਾਈ ਅਦਾਲਤ ਵੱਲੋਂ, ਉਹਨਾਂ ਨੇ ਕਿੰਨੀਆਂ ਸਾਰੀਆਂ ਇਸ ਤੇ ਸ਼ਰਤਾਂ ਵੀ ਲਾਈਆਂ ਕਿ ਤੁਸੀਂ ਇਸ ਕੇਸ ਬਾਰੇ ਨਹੀਂ ਬੋਲ ਸਕਦੇ, ਪਾਸਪੋਰਟ ਵੀ ਜਮ੍ਹਾਂ ਵਾ, ਹੋਰ ਵੀ ਉਹਨਾਂ ਨੇ ਬੜੀਆਂ ਟਰਮੈਂਟ ਕੰਡੀਸ਼ਨ। ਪਰ ਸੰਜੇ ਸਿੰਘ ਲੱਗਦਾ ਕਿ ਇੱਕ ਰਣਨੀਤੀਕਾਰ ਕਾਫੀ ਨੇ, ਔਰ ਲੋਕ ਸਭਾ ਦੇ ਵਿੱਚ ਇਸ ਟਾਈਮ ਪਾਰਟੀ ਲੜ ਰਹੀ ਹੈ, ਦਿੱਲੀ ਵੀ ਲੜ ਰਹੀ ਹੈ, ਗੋਆ ਵੀ ਲੜ ਰਹੀ ਹੈ, ਗੁਜਰਾਤ ਵੀ ਲੜ ਰਹੀ ਹੈ, ਪੰਜਾਬ ਵੀ, ਤੇ ਇਸ ਹੋ ਸਕਦਾ ਕਿ ਭਗਵੰਤ ਮਾਨ ਨੂੰ ਇੱਕ ਸਾਥੀ ਮਿਲ ਗਿਆ ਹੋਵੇ ਆਮ ਆਦਮੀ ਪਾਰਟੀ ਦੇ ਵਿੱਚ, ਇੱਕ ਜੋੜੀ ਬਣ ਗਈ ਹੋਵੇ, ਜਿਹੜੀ ਅੱਗੇ ਜੋੜੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਸੀ, ਉਹ ਹੁਣ ਜੋੜੀ ਉਹਨਾਂ ਚਿਰ ਤੱਕ ਭਗਵੰਤ ਮਾਨ ਤੇ ਸੰਜੇ ਸਿੰਘ ਦੀ ਜੋੜੀ, ਔਰ ਸੰਜੇ ਸਿੰਘ ਔਰ ਭਗਵੰਤ ਮਾਨ ਦੀ ਜੋੜੀ ਪਹਿਲਾਂ ਵੀ ਪੰਜਾਬ ਦੇ ਵਿੱਚ ਲੋਕਾਂ ਨੇ ਵੇਖੀ ਹੈ। 2017 ਦੀਆਂ ਜਿਹੜੀਆਂ ਚੋਣਾਂ ਉਦੋਂ ਸੰਜੇ ਸਿੰਘ ਹੀ ਪਾਰਟੀ ਦੇ ਇੱਥੇ ਪੰਜਾਬ ਦੇ ਵਿੱਚ ਇੰਚਾਰਜ, ਉਹੀ ਕਰਤਾ ਸੀ। ਇਸ ਕਰਕੇ ਜਿਹੜੇ ਨਵੀਂ ਤਸਵੀਰ ਵੇਖਣ ਨੂੰ ਮਿਲ ਰਹੀਆਂ ਸੰਜੇ ਸਿੰਘ ਦੀਆਂ ਰੋਜ਼, ਉਹ ਜਿਹੜੇ ਪਰਿਵਾਰਾਂ ਨੂੰ ਮਿਲ ਰਹੇ ਨੇ, ਪਾਰਟੀ ਦੇ ਵਰਕਰਾਂ ਨੂੰ ਮਿਲ ਰਹੇ, ਤੇ ਪੰਜਾਬ ਕਿਉਂਕਿ ਇਕੱਲਾ ਐਸਾ ਮੁੱਖ ਮੰਤਰੀ ਭਗਵੰਤ ਮਾਨ ਸੀ, ਹਾਲਾਂਕਿ ਸੰਦੀਪ ਪਾਠਕ ਵੀ ਲੱਗਾ, ਲੇਕਿਨ ਸੰਦੀਪ ਪਾਠਕ ਨਾਲੋਂ ਸੰਜੇ ਸਿੰਘ ਇੱਕ ਵੱਡਾ ਚਿਹਰਾ ਹੈਗਾ, ਕਿਉਂਕਿ ਪਾਰਟੀ 'ਚ ਪੁਰਾਣੇ ਜੁੜੇ ਨੇ, ਦੂਜੀ ਵਾਰ ਉਹ ਰਾਜ ਸਭਾ ਮੈਂਬਰ ਬਣੇ ਨੇ, ਦਿੱਲੀ ਦੀ ਸਿਆਸਤ ਨੂੰ ਮਤਲਬ ਦਿੱਲੀ ਮਤਲਬ ਭਾਰਤ ਸਰਕਾਰ ਦੀ ਸਿਆਸਤ ਨੂੰ, ਯੂਪੀ ਦੀ ਸਿਆਸਤ ਨੂੰ, ਪੰਜਾਬ ਦੀ ਸਿਆਸਤ ਨੂੰ, ਬਿਹਾਰ ਦੀ ਸਿਆਸਤ ਨੂੰ ਉਹ ਚੰਗੀ ਤਰ੍ਹਾਂ ਸਮਝਦੇ ਹੈਗੇ ਨੇ। ਸ਼ਾਇਦ ਇਸੇ ਕਰਕੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵਰਕਰਾਂ ਦੇ ਵਿੱਚ ਹੌਸਲਾ ਜਾਇਆ, ਕਿਉਂਕਿ ਪਟਿਆਲੇ ਦੇ ਵਿੱਚ ਵੀ ਜਿਹੜੇ ਕਿਉਂਕਿ ਸੰਜੇ ਸਿੰਘ ਦੇ ਬਹੁਤ ਸਾਰੇ ਪੰਜਾਬ ਦੇ ਜਿਹੜੇ ਪੁਰਾਣੇ ਜਿਹਨਾਂ ਨੂੰ ਟਿਕਟਾਂ ਇਸ ਵਾਰ 22 ਦੇ ਵਿੱਚ ਨਹੀਂ ਮਿਲੀਆਂ ਸੀ, ਉਹਨਾਂ ਦੇ ਘਰਾਂ ਦੇ ਵਿੱਚ ਵੀ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ। ਜਿਵੇਂ ਕਿਵੇਂ ਅੱਜ ਹੀ ਕਿਸੇ ਨੇ ਫੇਸਬੁੱਕ ਤੇ ਪਾਇਆ ਕਿ ਪਟਿਆਲੇ ਬੜਾ ਕਰਤਾ ਧਰਤਾ ਇਹ ਸੰਜੇ ਸਿੰਘ ਦਾ, ਕਰਨਵੀਰ ਸਿੰਘ ਕਰਕੇ, ਉਹਦੇ ਘਰ ਵੀ ਸਰਗਰਮੀਆਂ ਵੱਧ ਗਈਆਂ ਹੈਗੀਆਂ ਨੇ। ਇਸ ਕਰਕੇ ਇਹ ਸੰਜੇ ਸਿੰਘ ਔਰ ਭਗਵੰਤ ਮਾਨ ਦੀ ਜੋੜੀ ਲੱਗਦਾ ਕਿ ਜਿਹੜੀਆਂ ਲੋਕ ਸਭਾ ਚੋਣਾਂ ਦੇ ਨੂੰ ਜਿਹੜਾ ਚੋਣ ਪ੍ਰਚਾਰ ਵਿੱਚ ਬਤੌਰ ਸਟਾਰ ਪ੍ਰਚਾਰਕ ਦੇ ਤੌਰ ਤੇ ਉਹ ਹੁਣ ਭਗਵੰਤ ਮਾਨ ਸਾਹਿਬ ਨੂੰ ਇੱਕ ਜੋੜੀਦਾਰ ਮਿਲ ਗਿਆ ਸੰਜੇ ਸਿੰਘ। ਹੁਣ ਦੇਖਦੇ ਹਾਂ ਕਿ ਸੰਜੇ ਸਿੰਘ ਜਦੋਂ ਚੋਣ ਪ੍ਰਚਾਰ ਕਰੂਗਾ ਤੇ ਕੀ ਉਹਨਾਂ ਦੇ ਖਿਲਾਫ BJP ਸ਼ਿਕਾਇਤ ਕਰ ਸਕਦੀ ਹੈ ਚੋਣ ਕਮਿਸ਼ਨ ਨੂੰ, ਉਹ ਬੰਦਾ ਜਿਹੜਾ ਅੰਡਰ ਟ੍ਰਾਇਲ ਨੇ ਉਹਨੂੰ ਜ਼ਮਾਨਤ ਮਿਲੀ ਹੋਈ ਆ, ਕੀ ਉਹ ਚੋਣ ਪ੍ਰਚਾਰ ਕਰ ਸਕਦਾ, ਇਹ ਇੱਕ ਕਾਨੂੰਨੀ ਲੋਕੀਨੇ ਹੈਗੇ ਨੇ, ਕਹਿ ਸਕਦੇ ਕਾਨੂੰਨੀ ਦਾਅ ਪੇਚ ਨੇ ਕਿ ਬੰਦਾ ਜਿਹੜਾ ਇੱਦਾਂ ਉਹ ਪ੍ਰਚਾਰ ਵਾਸਤੇ ਜਾ ਸਕਦਾ, ਇਹ ਹੁਣ ਚੋਣ ਕਮਿਸ਼ਨ ਨੇ ਦੇਖਣਾ ਜਾਂ BJP ਨੇ ਦੇਖਣਾ ਹੈਗਾ। ਲੇਕਿਨ ਸੰਜੇ ਸਿੰਘ ਇੱਕ ਆਪਣੀ ਇੱਕ ਵੱਖਰੀ ਪਛਾਣ ਬਣਾ ਰਹੇ ਨੇ, ਔਰ ਜਿਵੇਂ ਉਹਨਾਂ ਨੂੰ ਜ਼ਮਾਨਤ ਮਿਲੀ ਹੈ, ਜਿਵੇਂ ਇਹਦੇ 'ਚ ਅਦਾਲਤ ਦੀਆਂ ਟਿੱਪਣੀਆਂ ਆਈਆਂ ਨੇ, ਉਹਦੇ 'ਚ ਉਸ ਹਿਸਾਬ ਦੇ ਨਾਲ ਸੰਜੇ ਸਿੰਘ ਨੂੰ ਵੱਡੀ ਰਾਹਤ ਮਿਲੀ, ਸ਼ਾਇਦ ਇਸੇ ਕਰਕੇ ਹੁਣ ਉਹਨਾਂ ਦੇ ਜਿਹੜੇ ਪੈਰ ਨੇ ਉਹ ਧਰਤੀ ਤੇ ਨਹੀਂ ਲੱਗ ਰਹੇ। ਹਾਲਾਂਕਿ ਉਹਨਾਂ 6 ਮਹੀਨੇ ਦਾ ਇੱਕ ਜ਼ਰੂਰ ਕਹਿ ਸਕਦੇ ਇੱਕ ਬਨਵਾਸ ਕੱਟਿਆ ਹੈਗਾ, ਜੇਲ੍ਹ ਬਨਵਾਸ ਕੱਟਿਆ ਹੈਗਾ, ਲੇਕਿਨ ਹੁਣ ਜਿਵੇਂ ਉਹ ਮਿਲ ਰਹੇ ਨੇ ਔਰ ਜਾ ਕੇ ਸੁਨੀਤਾ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਦੇ ਘਰ ਵਾਲੀ ਦੇ ਪੈਰੀ ਹੱਥ ਲਾ ਕੇ ਬੋਲਦੇ ਨੇ, ਫਿਰ ਅਗਲੇ ਦਿਨ ਉਹ ਬੋਲਦੇ ਹੈਗੇ ਨੇ ਕਿ ਮੈਂ ਉਹਨਾਂ ਦੀ ਅੱਖਾਂ 'ਚ ਜਿਹੜੇ ਹੰਝੂ ਦੇਖੇ ਨੇ ਇਹਨਾਂ ਹੰਝੂਆਂ ਦਾ ਬਦਲਾ ਲਿਆ ਜਾਵਾਂਗੇ, ਫਿਰ ਜਿਹੜੀ ਸੈਂਟਰ ਸਰਕਾਰ ਦਾ ਜਿਹੜਾ ਅਤਿਆਚਾਰ ਆ ਉਹ ਅਸੀਂ ਜੇਲ੍ਹ ਵਾਲਾ ਜਿਹੜਾ ਉਹ ਵੋਟ ਦੀ ਚੋਟ ਦਾ ਉਹਨਾਂ ਨੇ ਐਲਾਨ ਦਿੱਤਾ ਕੀਤਾ ਹੋਇਆ। ਇਹ ਜਿਹੜੇ ਸਲੋਗਨ ਨੇ ਪੋਲੀਟੀਕਲ ਤੌਰ ਤੇ ਇੱਕ ਵਰਕਰਾਂ ਦਾ ਮਨੋਬਲ ਮਜ਼ਬੂਤ ਕਰਨ ਵਾਸਤੇ, ਆਪਣੇ ਆਪ ਨੂੰ ਚੜ੍ਹਦੀ ਕਲਾ ਦੇ ਵਿੱਚ ਸ਼ੋਅ ਕਰਨ ਵਾਸਤੇ
ਇਹ ਪੋਲੀਟੀਕਲ ਜਿਹੜੀਆਂ ਸਟੇਟਮੈਂਟਾਂ ਨੇ ਇਹ ਆਪਣੇ ਆਪ 'ਚ ਬਹੁਤ ਸਾਰੇ ਮਾਇਨੇ ਰੱਖਦੀਆਂ ਨੇ। ਜੀ ਬਹੁਤ ਸ਼ੁਕਰੀਆ ਜੀ। ਤਾਂ ਪ੍ਰੋਗਰਾਮ 16 ਨੇ ਸੱਚ ਵਿੱਚ ਅਸੀਂ ਇਹਨਾਂ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਹੈ। ਤੁਸੀਂ ਖੁਦ ਕੀ ਸੋਚਦੇ ਸਮਝਦੇ ਹੋ, ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ।